ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਆਦਾਬ ਪਰਸ ਮਹਾ ਤੁਹਾਡੀ ਹੋਸਟ ਅਨੀ ਰਮਕਰਤ ਮਾ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਥੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਕਾਲ ਸਾਨਾ ਅਫੇਅਰਸੈਂਟਰ ਦੇ ਸંચਾਲਕ ਡਾਕਟਰ ਮਰਜੀ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਉਣ ਨਾਲ ਗੱਲਬਾਤ ਕਰਕੇ ਅੱਜ ਦੇ ਆਈ ਐਮ ਸ਼ੂਪਰ ਉਹਨਾਂ ਤੋਂ ਉਹਨਾਂ ਦਾ ਤੱਥਸਰਾ ਜਾਣਦੇ ਆਂ ਜੀ ਰਣਜਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਿਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਪੈਣਾ ਪ੍ਰਾਵਾਂ ਨੂੰ ਅਸਲਾਮ ਵਾਲੇਕਮ ਜੀ ਰਾਜ ਸਾਹਿਬ ਜੀ ਐਨੂ ਪ੍ਰੋਗਰਾਮ ਸੱਚੋ ਸੱਚ ਹੈ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਅੱਜ 4 ਨਵੰਬਰ 2021 21 ਕਤਕ ਨਾਨਕਸ਼ਹੀ ਸੰਮਤ 552 ਦਾ ਦਿਨ ਹੈ ਦੇ ਰੀਅਲ ਸਪਰਮ ਨੂੰ ਸ਼ੁਰੂ ਕਰੂੰਗਾ ਤੋਂ ਪਹਿਲਾਂ ਅਸੀਂ ਪੰਦਰਸ਼ਕਾ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾਜੀ ਵਿਅਰਜ਼ਾ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਾਰਾ ਦੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬਲਫਾਇਰ ਕੈਨੇਡਾ ਰੋਕੂ ਜਾਦੂ ਬਾਕਸ ਅੱਛਾ ਵਾ ਫੇਸਬੁਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਅਨ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਨਾਲ ਜੁੜੇ ਹੋ ਤਾਂ ਇਸ ਨੂੰ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਐਮ ਇਸ਼ੂ ਦੇ ਨਾਲ ਕਿ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਕੋਲ ਦੁਨੀਆ ਭਰ ਦੀਆਂ ਜਿਹੜੀਆਂ ਅੱਖਾਂ ਨੇ ਉਹ ਅਮਰੀਕਨ ਪ੍ਰਧਾਨ ਦੇ ਜੋ ਚੋਣਾਂ ਤੀਜੀਆਂ ਤੇ ਲੱਗੀਆਂ ਹੋਈਆਂ ਨੇ ਔਰ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਅੱਜ ਸਵੇਰੇ ਦੇ 2:30 ਵਜੇ ਆਪਣੀ ਜਿੱਤ ਦਾ ਜਿਹੜਾ ਐਲਾਨ ਕਰਦਿਆਂ ਕਿਹਾ ਕਿ ਵੋਟਾਂ ਦੀ ਗਿਣਤੀ ਜੜੀ ਹੈ ਹੁਣ ਰੋਕ ਦੇਣੀ ਚਾਹੀਦੀ ਹੈ ਕਿਉਂਕਿ ਅਮਰੀਕਨ ਵੋਟਰਾਂ ਨੇ ਮੈਨੂੰ ਜਿਤਾ ਦਿੱਤਾ ਹੈ ਪਰ ਡੈਮੋਕ੍ਰੇਟਡ ਉਮੀਦਵਾਰ ਜੋ ਬਾਈਡਨ ਨੇ ਕਿਹਾ ਹੈ ਕਿ ਅਸੀਂ ਅਖੀਰਲੀ ਵੋਟ ਗਿਨੇ ਤੱਕ ਜੜਾ ਇੰਤਜ਼ਾਰ ਕਰਾਂਗੇ ਤੇ ਅਖੀਰ ਜਤ ਜੜੀ ਜਿੱਤ ਹੈ ਉਹ ਮੇਰੀ ਹੀ ਹੋਵੇਗੀ ਸੋ ਅਡਰਸ ਡੇਟਾ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਸੋ ਜੋ ਬਾਈਡਨ ਜਿੱਤ ਦੇ ਜਿਹੜੇ ਲੋੜਿੰਦੇ 270 ਵੋਟਾਂ ਦੇ ਨੇੜੇ ਪਹੁੰਚ ਗਏ ਨੇ ਪਰ ਵੇਖਣਾ ਇਹ ਹੈ ਕਿ ਕੀ ਬਾਈਡਨ ਦੀ ਜਿੱਤ ਦੇ ਐਲਾਨ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਆਪਣੀ ਜਿਹੜਾ ਆਪਣਾ ਜਿਹੜਾ ਅਹੁਦਾ ਹੈ ਛੱਡ ਦੇਣਗੇ ਜਾਂ ਆਸਾਨੀ ਨਾਲ ਛੱਡ ਦੇਣਗੇ ਜਾਂ ਫਿਰ ਜਾਂ ਜਿਹੜੇ ਅਮਰੀਕਾ ਵਿੱਚ ਜਿਹੜੇ ਹਿੰਸਕ ਦੌਰ ਵਿੱਚ ਜਿਹੜਾ ਅਮਰੀਕਾ ਹੈ ਉਗ ਜ਼ਰੇਗਾ ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਿਹਾ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਣਾਂ ਲਈ ਇਸੇ ਤਰ੍ਹਾਂ ਹੀ ਬਨੇ ਰਹਿਣਾ ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਇਹ ਧਰਤੀ ਜੀ ਧਰਤੀ ਤੇ 200 ਤੋਂ ਜ਼ਿਆਦਾ ਦੇਸ਼ ਬਿਲਕੁਲ ਦੇਸ਼ਾਂ ਦਾ ਸ਼੍ਰੋਮਣੀ ਸਭ ਤੋਂ ਉੱਪਰਲੀ ਫਰਿਸਤ ਦੇ ਵਿੱਚ ਅਮਰੀਕਾ ਜੀ ਅਮਰੀਕਾ ਦੇ ਪ੍ਰਧਾਨ ਦੀ ਚੋਣ ਅਮਰੀਕਾ ਚ ਡੈਮੋਕ੍ਰੇਸੀ ਦਾ ਲਗ ਪੰਘਟਾਈ ਸਦੀਆਂ ਦਾ ਇਤਿਹਾਸ ਅੱਛਾ ਔਰ ਜੋ ਹਾਲ ਪਿਛਲੇ ਦਿਨਾਂ ਤੋਂ ਔਰ ਪਿਛਲੀ ਰਾਤ ਸਾਰੀ ਗੁਜ਼ਰਿਆ ਕੱਲ ਵੋਟਾਂ ਪਈਆਂ 6 ਵਜੇ ਤੋਂ 9 ਵਜੇ ਤੱਕ ਜੀ ਰਾਤ ਸਾਰੀ ਟੈਲੀਵਿਜ਼ਨ ਦੇ ਸਹਰਾ ਨੇ ਬਿਠਾ ਛੱਡਿਆ ਕੱਲੇ ਅਮਰੀਕਾ ਵਾਲਿਆਂ ਨੂੰ ਹੀ ਨਹੀਂ ਦੁਨੀਆ ਭਰ ਦੇ ਦੁਨੀਆ ਭਰ ਦੇ ਕੱਲੇ ਰਿਪੋਰਟਰ ਜਾਂ ਮੀਡੀਆ ਪੀਪਲ ਜਾਂ ਦੂਜੇ ਨਹੀਂ ਆਮ ਕਾਮਨ ਬੰਦੇ ਵੀ ਕਿਉਂਕਿ ਸਾਰੀ ਦੁਨੀਆ ਦੀ ਕਿਸਮਤ ਕਿਤੇ ਨਾ ਕਿਤੇ ਜਾ ਕੇ ਸੁਪਰ ਪਾਵਰ ਚ ਕੀ ਹੁੰਦਾ ਉਹਦੇ ਨਾਲ ਜੁੜ ਜਾਂਦੀ ਹੈ। ਜਦੋਂ ਇਸ ਵੇਲੇ ਦੁਨੀਆ ਚ ਚਲਣ ਵੀ ਡਾਲਰ ਦਾ ਹੈ ਕਿਉਂਕਿ ਇੱਕ ਜ਼ਮਾਨਾ ਸੀ ਕਿ ਸੋਨਾ ਰੱਖਿਆ ਜਾਂਦਾ ਸੀ, ਸੋਨੇ ਦੇ ਬਰਾਬਰ ਹੁੰਦਾ ਸਾਰੀ ਟ੍ਰੇਡ ਵੀ ਡਾਲਰ ਚ ਹੈ। ਜੀ। ਔਰ ਇਸ ਦੇ ਨਾਲ ਹੀ ਸਾਰਾ ਕੁਝ ਖੜਾ ਹੈ ਔਰ ਕੋਵਿਡ 19 ਨੇ ਜਿੰਨਾ ਇੱਕ ਦੂਸਰੇ ਤੇ ਉੱਤੇ ਡਿਪੈਂਡੈਂਸ ਵਾਲੀ ਗੱਲ ਨੂੰ ਹੋਰ ਵੀ ਜਾਗਜ਼ਾਹਰ ਕੀਤਾ ਹੈ। ਕਿ ਕੋਈ ਵੀ ਚੀਜ਼ ਛੁੱਤ ਦੀ ਬਿਮਾਰੀ ਵਾਂਗ ਇਕਨੋਮੀ ਵੀ ਇੱਕ ਤੋਂ ਦੂਸਰੀ ਇਹ ਤੋਂ ਲੱਗਦੀ ਲੱਗਦੀ ਸਭ ਨੂੰ ਡੇਕ ਦਿੰਦੀ ਹੈ ਸਭ ਨੂੰ ਚੁੱਕ ਦਿੰਦੀ ਹੈ ਅੱਛਾ ਔਰ ਬਹੁਤ ਵਾਰ ਅਮਰੀਕਾ ਚ ਇਹ ਹੁੰਦਾ ਸੀ ਕਿ 3 ਨਵੰਬਰ ਦੀ ਰਾਤ ਨੂੰ ਹੀ ਫੈਸਲਾ ਹੋ ਜਾਂਦਾ ਸੀ ਆਡਡ ਥਾਵਾਂ ਤੇ ਹੋਟਲ ਐਸ ਬੜੇ-ਬੜੇ ਦੋਨਾਂ ਨੇ ਜਿਹੜੇ ਕੈਂਡੀਡੇਟ ਨੇ ਇੱਕ ਨੇ ਵਿਕਟਰੀ ਸਪੀਚ ਕਰਨੀ ਹੁੰਦੀ ਸੀ ਦੂਸਰੇ ਨੇ ਉਹਨੂੰ ਕੰਸੈਸ਼ਨ ਸਪੀਚ ਕਹਿੰਦੇ ਸੀ ਉਹਨੇ ਮੰਨ ਜਾਣਾ ਹੁੰਦਾ ਸੀ ਕਿ ਭਾਈ ਮੈਂ ਖਾਰਗੇ ਪਰ ਨਾਲ ਦੀ ਨਾਲ ਉਹਨੇ ਵਧਾਈ ਦੇਣੀ ਹੁੰਦੀ ਸੀ ਤੇ ਜਿਹੜਾ ਵਿਕਟਰੀ ਵਾਲਾ ਹੈ ਉਹਨੇ ਵੀ ਆਪਣੀ ਸ਼ੁਰੂਆਤ ਚ ਆਪਣੇ ਰਾਈਵਲ ਦੀ ਸਿਫਤ ਦੇ ਵਿੱਚ ਦੋ ਚਾਰ ਗੱਲਾਂ ਕਹਿਣੀਆਂ ਹੁੰਦੀਆਂ ਸੀ ਬਿਲਕੁਲ ਪਰ ਇਹ ਇੱਕ ਅ ਚੰਗੀ ਹੈਲਥੀ ਟਰੈਡੀਸ਼ਨ ਔਰ ਜਵੇਂ ਅਮਰੀਕਾ ਦਾ ਸਾਰਾ ਸਿਸਟਮ ਓਵਰ ਅ ਪੀਰੀਅਡ ਆਫ ਟਾਈਮ ਇਵੋਲਵ ਹੋਇਆ ਹਾਲਾਂਕਿ ਇਹ ਨਹੀਂ ਹੈ ਬਹੁਤਿਆਂ ਨੂੰ ਲੱਗਦਾ ਵੀ ਪਤਾ ਨਹੀਂ 1780 ਤੋਂ ਬਾਅਦ ਜਦੋਂ ਕਨਸਟੀਟਿਊਸ਼ਨ ਹੋਣ ਚਾ ਆਂਦਾ ਹੈ ਇਵੇਂ ਹੀ ਹੁੰਦਾ ਰਿਹਾ ਇਵੇਂ ਨਹੀਂ ਸੀ ਬਹੁਤ ਕੁਝ ਬਦਲ ਰਿਹਾ ਇਹ ਤਾਂ ਜਦੋਂ 20ਵੀਂ ਸਦੀ ਦੇ ਦੂਸਰੇ ਦੌਰ ਤੱਕ ਪਹੁੰਚਦੇ ਆ ਜਿਹੜਾ ਉਹ ਰੇਡੀਓ ਦਾ ਆਇਆ ਫਿਰ ਰੇਡੀਓ ਦੇ ਉੱਤੇ ਭਾਸ਼ਣ ਹੁੰਦਾ ਸੀ ਜੀ ਫਿਰ ਟੀਵੀ ਦਾ ਬਹੁਤ ਸਾਰਾ ਜਿਹੜਾ ਇਹ ਧਾਮ-ਚਾਮ ਵਾਲਾ ਕੰਮ ਹੈ ਇਹ ਤਾਂ 1970ਵਿਆਂ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਕਿ ਟੈਲੀਵਿਜ਼ਨ ਸਾਹਮਣੇ ਆਇਆ ਔਰ ਇਸ ਗੱਲ ਦਾ ਵੀ ਧਿਆਨ ਰਹਿ ਕੇ ਜਦੋਂ ਅਮਰੀਕਨ ਡੈਮੋਕ੍ਰੇਸੀ ਦਾ ਮੁੱਢ ਬੱਜਿਆ ਉੱਥੇ ਸਿਲੇਬਰੀ ਸੀ ਸਿਲੇਬਸ ਨੂੰ ਵੋਟਾਂ ਦਾ ਤਾਂ ਦੂਰ ਦੀ ਗੱਲ ਹੋ ਤਾਂ ਨੇੜੇ ਤੇੜੇ ਵੀ ਨਹੀਂ ਸੀ ਲੱਗਦੇ ਔਰ ਈਵਨ ਔਰਤਾਂ ਦੇ ਮਾਮਲੇ 'ਚ ਬਹੁਤਿਆਂ ਨੂੰ ਲੱਗਦਾ ਵੀ ਇੱਥੇ ਹੀ ਕੁਆਲਿਟੀ ਦੀ ਗੱਲ ਸ਼ੁਰੂ ਤੋਂ ਔਰਤਾਂ ਨੂੰ ਵੀ ਵੋਟ ਦਾ ਹੱਕ 1920ਵਿਆਂ ਵਿੱਚ ਮਿਲਿਆ ਸੋ ਮਤਲਬ ਜਦੋਂ ਅਸੀਂ 2020 ਦੀ ਗੱਲ ਕਰ ਰਹੇ ਹਾਂ ਸਿਰਫ 100 ਸਾਲ ਪਹਿਲਾਂ ਹੀ ਔਰਤ ਨੂੰ ਵੋਟ ਦਾ ਹੱਕ ਅਮਰੀਕਾ 'ਚ ਮਿਲਿਆ ਆਦਰਵਾਇਜ਼ ਉਸ ਤੋਂ ਸਵਾ 100 ਸਾਲ ਪਹਿਲਾਂ ਜਿਹੜਾ ਉਹ ਤਾਂ ਵੋਟ ਵੀ ਨਹੀਂ ਸੀ ਪਾ ਸਕਦੀ ਅੱਛਾ ਫਿਰ ਇਹੀ ਨਹੀਂ ਸੀ 1960 ਤੱਕ ਪਹੁੰਚ ਜਾਈਏ ਜੇ ਜਿਹੜੀ ਅਸੀਂ 60 ਸਾਲ ਪਹਿਲਾਂ ਤੇ ਜਦੋਂ ਸੈਗਰੀਗੇਸ਼ਨ ਸੀ ਇਦਾਂ ਦੀਆਂ ਸ਼ਰਤਾਂ ਰੱਖੀਆਂ ਹੁੰਦੀਆਂ ਸੀ ਕਿ ਕਾਲੇ ਜਦੋਂ ਸਲੇਵਰੀ ਖਤਮ ਵੀ ਹੋਈ ਕਾਲਿਆਂ ਨੂੰ ਵੋਟ ਦਾ ਹੱਕ ਮਿਲਿਆ ਉਹ ਵੋਟ ਪਾਈ ਨਹੀਂ ਸੀ ਸਕਦੇ ਕਿਉਂਕਿ ਗਰੀਬੀ ਵੀ ਬੜੀ ਸੀ ਔਰ ਉਹਨਾਂ ਨੇ ਜਿਹੜੀ ਇਹ ਫੀਸ ਰੱਖੀ ਹੋਈ ਸੀ ਕਿ ਇੰਨੀ ਫੀਸ ਉਹ ਪੈ ਹੀ ਨਹੀਂ ਸੀ ਕਰ ਸਕਦੇ ਅੱਛਾ ਫਿਰ ਅੱਜ ਵੀ ਜੇ ਮੈਂ ਗਲਤ ਨਾ ਹੋਵਾਂ ਕਿ ਵੀ ਜਿਹੜੇ ਜੇਲਾਂ ਚ ਨੇ ਉਹਨਾਂ ਨੂੰ ਵੋਟ ਦਾ ਹੱਕ ਨਹੀਂ ਹੈ ਜਿਹੜੇ ਕਿ ਕਨਵਿਕਟ ਨੇ ਕਨਵਿਕਟ ਤੋਂ ਵੋਟ ਦਾ ਹੱਕ ਖੋਹ ਲਿਆ ਜਾਂਦਾ ਹੈ ਸੋ 1960ਵਿਆਂ 'ਚ ਫਿਰ ਜਦੋਂ ਰੀਡਿਸਟ੍ਰਿਕਟਿੰਗ ਹੁੰਦੀ ਹੈ ਸੈਗਰੀਗੇਸ਼ਨ ਮੁੱਕਦੀ ਹੈ ਕਾਲਿਆਂ ਦੇ ਵੀ ਜਿਹੜਾ ਉਹਨਾਂ ਦੇ ਕੋਲ ਹੀ ਨਹੀਂ ਆ 35 36 ਸੀਟਾਂ ਕਾਲੇ ਜਿਹੜੇ ਨੇ ਉਹ ਲੈ ਸਕਦੇ ਨੇ ਜਿਵੇਂ ਬਲੈਕ ਕੌਕਸ ਐ ਯੂ ਐਸ ਕਾਂਗਰਸ ਸੋ ਇਹ ਸਾਰੇ ਦੇ ਨਾਲ ਫਿਰ ਅਸੀਂ ਦੇਖਦੇ ਹਾਂ ਕਿ ਇੱਕ ਕੈਰिजਮੇ ਦਾ ਦੌਰ ਸ਼ੁਰੂ ਹੁੰਦਾ ਹੈ ਪ੍ਰੈਜ਼ੀਡੈਂਸੀ ਦੇ ਨਾਲ ਕਿਉਂਕਿ ਜ਼ਾਹਰ ਹੈ ਕਿ ਅਮਰੀਕਨ ਪ੍ਰੈਜ਼ੀਡੈਂਟ ਫਰਸਟ ਸਿਟੀਜ਼ਨ ਅਮਰੀਕਾ ਦਾ ਇਸ ਲਈ ਉਹਦੀ ਜਿਹੜੀ ਵਾਈਫ ਹੈ ਜਿਹਨੂੰ ਫਰਸਟ ਲੇਡੀ ਕਿਹਾ ਜਾਂਦਾ ਹੈ ਉਹ ਉਹਦੀ ਵੀ ਆਪਣੀ ਗ੍ਰੇਸ ਡਵੈਲਪ ਹੁੰਦੀ ਹੈ ਔਰ ਇੱਕ ਗ੍ਰੇਸ ਔਰ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੱਥੇ ਪ੍ਰੈਜ਼ੀਡੈਂਟ ਆਪਣੇ ਰੋਲ ਅਦਾ ਕਰ ਰਿਹਾ ਹੁੰਦਾ ਹੈ ਜਿਹੜਾ ਕਿ ਉਹਦੇ ਕਨਸਟੀਟਿਊਸ਼ਨਲ ਰੋਲ ਨੇ ਉਹਦੇ ਵਿੱਚ ਜਿਹੜੀ ਫਰਸਟ ਲੇਡੀ ਹੈ ਉਹਦਾ ਰੋਲ ਹਮੇਸ਼ਾ ਅਮਰੀਕਾ 'ਚ ਉਹਨੂੰ ਐਜ਼ ਅ ਮਦਰ ਦੇਖਿਆ ਜਾਂਦਾ ਸੀ ਜਿਵੇਂ ਖਾਸ ਤੌਰ ਤੇ ਰੂਜ਼ਾ ਵੈਲਟ ਜਿਹੜਾ ਤਿੰਨ ਟਰਮ ਪ੍ਰੈਜ਼ੀਡੈਂਟ ਰਹਾ ਚੌਥੀ ਟਰਮ ਵੇਲੇ ਉਹਦੀ ਡੈਥ ਹੋ ਗਈ ਵਾਇਲ ਇਨ ਆਫਿਸ ਉਹਦੀ ਵਾਈਫ ਜਿਹੜੀ ਸੀ ਰੂਜ਼ਾ ਵੈਲਟ ਮਿਸਿਸ ਰੂਜ਼ਾ ਵੈਲਟ ਸੈਕੰਡ ਵਰਲਡ ਵਾਰ ਦੇ ਵੇਲੇ ਉਹਨੇ ਬਹੁਤ ਵੱਡਾ ਹਿਊਮੈਨਿਟੇਰੀਅਨ ਔਰ ਫੈਲੈਂਥਰੋਪੀ ਦੀ ਉਹ ਮਾਂ ਸੀ ਨੇ ਵੇ ਸੋ ਇਹ ਵੀ ਇੱਕ ਰਿਹਾ ਕਿ ਵੀ ਜਿਹੜੀਆਂ ਫਰਸਟ ਲੇਡੀਜ਼ ਨੇ ਉਹ ਵੀ ਆਪਣੇ ਆਪ ਨੂੰ ਬਿਜ਼ੀ ਰੱਖਦੀਆਂ ਸੀ ਪਰ ਇੱਕ ਡਿਫਰੈਂਟ ਤੇ ਉਹਨਾਂ ਫੋਕਸ ਨਹੀਂ ਆਣਾ ਲੇਕਿਨ ਕੋਈ ਨਾ ਕੋਈ ਕੰਮ ਕੋਈ ਔਮਨ ਵੈਲਫੇਅਰ ਕੋਈ ਹੋਰ ਇਸੇ ਤਰ੍ਹਾਂ ਸੀਨੀਅਰ ਬੋਸ ਜਿਹੜਾ ਫਸਟ ਟਰਮ ਪ੍ਰੈਜ਼ੀਡੈਂਟ ਬਣਿਆ ਲੇਕਿਨ ਦੂਸਰੀ ਵਾਰ ਹਾਰ ਗਿਆ ਜੂਨੀਅਰ ਬੋਸ ਦਾ ਪਿਓ ਲੇਕਿਨ ਉਹਦੀ ਵਾਈਫ ਬਾਰਬਰਾ ਬੋਸ ਜਿਹੜੀ ਐਜ਼ ਅ ਵੈਰੀ ਗ੍ਰੇਸਫੁਲ ਫਸਟ ਲੇਡੀ ਸਾਹਮਣੇ ਆਈ ਫਿਰ ਅਸੀਂ ਜਦੋਂ ਤੱਕ ਕਲਿੰਟਨ ਇਰਾ ਦੇਖਦੇ ਭਾਵੇਂ ਉਹ ਦੋਨੋਂ ਹੀ ਐਕਟਿਵ ਸੀ ਪੋਲੀਟੀਕਲੀ ਉਹ ਜਦੋਂ ਪੋਲਿਟਿਕਸ ਸੀ ਯੂ ਗਵਰਨਰਸ ਹੀ ਆਰ ਕੈਂਸਰਸ ਦਾ ਇਧਰੋਂ ਹੈਲਰੀ ਜਿਹੜੀ ਹੈ ਉਹ ਸੈਨੇਟ ਤੱਕ ਵੀ ਪਹੁੰਚੀ ਔਰ ਬਾਅਦ ਚੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਬਣੀ ਜਦੋਂ ਕਿ ਓਬਾਮਾ ਨੇ ਉਹਨੂੰ ਬੀਟ ਕੀਤਾ ਪ੍ਰਾਈਮਰੀਜ਼ ਦੇ ਵਿੱਚ ਕਹਿੰਦਾ ਮਤਲਬ ਇਹ ਹੈ ਕਿ ਵੀ ਅਮਰੀਕਾ ਚ ਜਿਹੜਾ ਫਰਸਟ ਕਪਲ ਹੈ ਜਿਹਨੂੰ ਉਹਨਾਂ ਦਾ ਇੱਕ ਆਪਣਾ ਰੋਲ ਨਿਰਧਾਰਿਤ ਰਿਹਾ ਹੈ ਸਿਸਟਮ ਦੇ ਵਿੱਚ ਜਿਵੇਂ ਅਸੀਂ ਬੈਲੈਂਸ ਆਫ ਪਾਵਰਜ਼ ਦੀ ਗੱਲ ਕਰਦੇ ਹਾਂ ਕਾਂਗਰਸ ਸੈਨੇਟ ਜੁਡੀਸ਼ਰੀ ਮੀਡੀਆ ਇਸਾਰੇ ਦੇ ਥੱਲੇ ਅਮਰੀਕਨ ਪ੍ਰੈਜ਼ੀਡੈਂਸੀ ਜਦੋਂ ਮੈਂ ਇਟ ਇਜ਼ ਦ ਲੇਟ 80ਸ ਅਮਰੀਕਾ ਚ ਆਇਆ ਤਾਂ ਮੈਨੂੰ ਇਹ ਹੈ ਕਿ ਕਿਵੇਂ ਲੋਕ ਪ੍ਰੈਜ਼ੀਡੈਂਸ਼ੀਅਲ ਡਿਬੇਟਸ ਦੇ ਵਿੱਚ ਵੀ ਕਿੰਨਾ ਇੰਟਰਸਟ ਹੁੰਦਾ ਸੀ ਇਸ਼ੂਜ਼ ਕਿਵੇਂ ਨੇ ਉਹਨੂੰ ਲੈ ਕੇ ਔਰ ਫਿਰ ਜਿਹੜੀ ਇਨੋਗਰੇਸ਼ਨ ਹੈ ਜਿਹੜੀ ਕਿ ਜਨਵਰੀ ਦੇ ਵਿੱਚ ਹੁੰਦੀ ਹੈ ਹੁਣ ਚੋਣਾਂ ਚ ਡਿਕਲੇਅਰ ਹੋ ਜਾਂਦਾ ਸੀ 3 ਤਰੀਕ ਨੂੰ ਫਿਰ ਤਿਆਰੀ ਬਿਟਵੀਨ ਤੁਸੀਂ ਇਹ ਦੇਖ ਲਓ ਕਿ ਪਾਈ ਨਵੰਬਰ ਦਾ ਸਾਰਾ ਮਹੀਨਾ ਕਿਉਂਕਿ ਥੈਂਕਸ giving ਤੋਂ ਬਾਅਦ ਵਕੇਸ਼ਨ ਸੀਜ਼ਨ ਵਾਂਗ ਮਾਹੌਲ ਬਣ ਜਾਂਦਾ ਹੈ ਫਿਰ ਕ੍ਰਿਸਮਸ ਇਹ ਉਹ ਜਨੂਅਰੀ ਚ ਆਲਮੋਸਟ 10 ਮਹੀਨੇ ਦਾ ਪੀਰੀਅਡ ਤਾਂ ਕਿ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਆ ਉਹ ਆਪਣਾ ਸਭ ਕੁਝ ਸਮੇਟ ਲੈਂਦਾ ਹੈ ਵਾਈਟ ਹਾਊਸ ਚੋ ਵੀ ਰਿਸਪੌਂਸਿਬਿਲਟੀਜ਼ ਵੀ ਉਹਨੂੰ ਨਿਭੇੜ ਲੈਂਦਾ ਹੈ ਔਰ ਜਨੂਅਰੀ ਤੱਕ ਪਹੁੰਚਦੇ ਹਾਂ ਮੌਸਮ ਵੀ ਖੁੱਲ ਜਾਂਦਾ ਹੈ ਔਰ ਫਿਰ ਜਿਹੜੀ ਇਨੋਗਰੇਸ਼ਨ ਵਾਸ਼ਿੰਗਟਨ ਹੁੰਦੀ ਹੈ ਉਹ ਬੜਾ ਮੈਂ ਪਹਿਲੀ ਵਾਰ ਜਦੋਂ ਕਲਿੰਟਨ ਦੀ ਇਨੋਗਰੇਸ਼ਨ ਹੋਈ ਹੈ ਐਜ਼ ਉਹਨੇ ਸੌ ਚੁੱਕੀ ਹੈ ਐਜ਼ ਅ ਪ੍ਰੈਜ਼ੀਡੈਂਟ ਐਂਡ ਹਿਲਰੀ ਦੇ ਨਾਲ ਓਪਨ ਜੀਪ ਦੇ ਵਿੱਚ ਉਹ ਮੈਨੂੰ اٹੈਂਡ ਕਰਨ ਦਾ ਮੌਕਾ ਬਣਿਆ ਹਾਲਾਂਕਿ ੱਥੇ ਪੈ ਰਹੇ ਹੁੰਦੇ ਨੇ ਸਾਰੇ ਪਾਸਿਓਂ ਲੇਕਿਨ ਤੁਸੀਂ ਦੇਖਦੇ ਹੋ ਉਹਦੇ ਵਿੱਚ ਤੁਹਾਨੂੰ ਇਹ ਲੱਗਦਾ ਸੀ ਕਿ ਬਈ ਇੱਕ ਡਾਇਨਾਮਿਕ ਨੇਸ਼ਨ ਉਸ ਦੇ ਵਿੱਚ ਇੱਕ ਸੈਲੀਬ੍ਰੇਸ਼ਨ ਦਾ ਮਾਹੌਲ ਫਿਰ ਇਹਨਾਂ ਦਾ ਜਿਹੜੇ ਇਲੈਕਸ਼ਨ ਕੈਂਪੇਨ ਵੀ ਨੇ ਜਿਵੇਂ ਐਡਸ ਵੀ ਚੱਲ ਰਹੀਆਂ ਹੁੰਦੀਆਂ ਛੋਟ-ਛੋਟੀਆਂ ਗੇਦਰਿੰਗਸ ਹੁੰਦੀਆਂ ਕਿਵੇਂ ਉਹ ਆਪਣੇ ਸ਼ੂ ਕਲਾ ਪ੍ਰੈਜ਼ੀਡੈਂਟ ਲੈਵਲ ਤੇ ਨਹੀਂ ਕਿਉਂਕਿ ਜਿਵੇਂ ਅਸੀਂ ਗੱਲ ਕੀਤੀ ਸੀ ਕੱਲ ਵੀ ਕਿ ਭਾਈ ਉਹਦੇ ਨਾਲ 1/3 ਸੀਟਾਂ ਕੌਂਗਰੈਸ ਦੀਆਂ ਵੀ ਨੇ ਸੈਨੇਟਰ ਵੀ ਸਨ ਔਰ ਫਿਰ ਲੋਕਲ ਬਾਡੀਜ਼ ਜਿਵੇਂ ਨਿਊਯਾਰਕ ਦੇ ਵਿੱਚ ਅਸੀਂ ਦੇਖਦੇ ਹਾਂ ਕਾਉਂਸਲਮੈਨ ਨਿਊਯਾਰਕ ਅਸੈਂਬਲੀ ਨਿਊਯਾਰਕ ਸੈਨੇਟ ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਸਟੇਟਾਂ ਦੇ ਨਾਲ ਸੋ ਇਹ ਸਾਰਾ ਹੀ ਇਲੈਕਸ਼ਨ ਸੀਜ਼ਨ ਇੱਕ ਤਰੀਕੇ ਦੇ ਨਾਲ ਜਿੱਥੇ ਅਮਰੀਕਨਾਂ ਨੂੰ ਇਹ ਅਹਿਸਾਸ ਕਰਵਾਉਂਦਾ ਸੀ ਕਿ ਭਾਈ ਇਹ ਇੱਕ ਜਮਹੂਰੀਅਤ ਹੈ ਉੱਥੇ ਇਸ ਗੱਲ ਦਾ ਸਬੂਤ ਵੀ ਸੀ ਕਿ ਇੱਥੇ ਜਿਹੜੀ ਗੱਲ ਲਿੰਕਨ ਨੇ ਕਹੀ ਸੀ ਕਿ ਡੈਮੋਕ੍ਰੇਸੀ ਆਫ ਦਾ ਪੀਪਲ ਬਾਏ ਦਾ ਪੀਪਲ ਫਾਰ ਦਾ ਪੀਪਲ ਹਾਲਾਂਕਿ ਇਸ ਗੱਲ ਦਾ ਧਿਆਨ ਰਹੇ ਕਿਉਂਕਿ ਇਹ ਕੈਪਟਲਿਸਟ ਸੁਸਾਇਟੀ ਹੈ ਇੱਥੇ ਚੋਣਾਂ ਲੜਨ ਤੋਂ ਪਹਿਲੇ ਤੁਹਾਡੇ ਤੁਹਾਡੀ ਬੂਗਣੀ ਦੇ ਵਿੱਚ ਕਿੰਨੇ ਪੈਸੇ ਨੇ ਇਹ ਵੀ ਇੰਪੋਰਟੈਂਟ ਹੁੰਦਾ ਹੈ ਤੁਸੀਂ ਆਪਣੇ ਕਿੰਨੇ ਲਾਣੇ ਨੇ ਬਹੁਤ ਵੱਡੀ ਕਲੈਕਸ਼ਨ ਹੈ ਔਰ ਉਦੇ ਥੱਲੇ ਵੀ ਜਿਹੜੇ ਜਿਹਦੇ ਕੋਲ ਵੀ ਪਹਿਲਾ ਸਾਈਜ਼ੇਬਲ ਅਮਾਉਂਟ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦਾ ਇਵਨ ਪ੍ਰਾਈਮਰੀ ਰਨ ਕਰਨ ਦੇ ਲਈ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਜਿਸ ਕੈਂਡੀਡੇਟ ਦੀ ਕਪੈਸਿਟੀ ਹੁੰਦੀ ਸੀ ਰੇਜ਼ ਕਰਨ ਦੀ ਉਹੀ ਮੈਦਾਨ 'ਚ ਰਹਿੰਦਾ ਸੀ ਔਰ ਫਿਰ ਜਿਹੜਾ ਤੁਸੀਂ ਆਪਣੇ ਉਦੇ ਬੇਸ ਦੇ ਉੱਤੇ ਹੀ ਜਿਹਦੇ ਕੋਲ ਜਿੰਨਾ ਫੰਡ ਹੈ ਉਹਨਾਂ ਖਰਚ ਵੀ ਕਰਦਾ ਸੀ ਪਰ ਇਹ ਸਾਫ ਕਿਤਾਬ ਵੀ ਸੀ ਇਲੈਕਸ਼ਨ ਕਮਿਸ਼ਨ ਹੈ ਇਦਾਂ ਦੇ ਲਾਅ ਵੀ ਨੇ ਕੋਈ ਵੀ 1000 ਡਾਲਰ ਤੋਂ ਜ਼ਿਆਦਾ ਸਾਲ ਦਾ ਡੋਨੇਟ ਨਹੀਂ ਕਰ ਸਕਦਾ ਪਰ ਉਦਾਹਰਨ ਵੀ ਉਹਨਾਂ ਨੇ ਬੈਕ ਚੋਰ ਦਰਵਾਜ਼ਾ ਰੱਖਿਆ ਜਿਹਨੂੰ ਜਿਹੜੀ ਐ ਸੌਫਟ ਮਨੀ ਕਹਿੰਦੇ ਨੇ ਜਿਹਦੇ ਬਾਰੇ ਪੁੱਛਿਆ ਨਹੀਂ ਜਾਂਦਾ ਸੋ ਵੱਡੀਆਂ-ਵੱਡੀਆਂ ਕਾਰਪੋਰੇਸ਼ਨਸ ਵੱਡੇ-ਵੱਡੇ ਕਾਰਪੋਰੇਟ ਘਰਾਨੇ ਵੱਡੀਆਂ-ਵੱਡੀਆਂ ਲੇਬਰ ਯੂਨੀయన్స్ ਦੂਸਰੀਆਂ ਕੋ ਟੀਚਰਸ ਹੋ ਜੇ ਉਹ ਆਪਣੇ-ਆਪਣੇ ਕੈਂਡੀਡੇਟਸ ਨੂੰ ਫੰਡ ਕਰਦੀਆਂ ਤਾਂ ਕਿ ਜਦੋਂ ਉਹਨਾਂ ਨੇ ਬਣਨਾ ਹੈ ਉਹਨਾਂ ਦੇ ਇੰਟਰਸਟ ਸੇਫਗਾਰਡ ਹੋ ਸੋ ਕੁੱਲ ਮਿਲਾ ਕੇ ਇਹਦੇ باوجود ਕਿ ਕਿਤੇ ਨਾ ਕਿਤੇ ਚੋਰ-ਮੋਰੀਆਂ ਵੀ ਨੇ ਕਿਤੇ ਨਾ ਕਿਤੇ ਵੈਸਟਰਨ ਇੰਟਰਸਟ ਵੀ ਨੇ ਫਿਰ ਵੀ ਬਹੁਤ ਕੁਝ ਓਪਨ ਔਰ ਇੱਕ ਚਾ ਦੇ ਵਿੱਚ ਇਹ ਇੱਕ ਮਾਹੌਲ ਹੁੰਦਾ ਸੀ ਗੰਭੀਰਤਾ ਵੀ ਮੁਲਕ ਦਾ ਫਿਊਚਰ ਵੀ ਔਰ ਇਹ ਵੀ ਜਦੋਂ ਦੋ ਟਰਮਸ ਅਮਰੀਕਨ ਪ੍ਰੈਜ਼ੀਡੈਂਟ ਦੀਆਂ ਬਣਾਈਆਂ ਜਿਹੜੀਆਂ 1960ਵੀਆਂ ਜੀ ਹੋਈਆਂ ਜਿਵੇਂ ਮੈਂ ਕਿਹਾ ਰੂਜ਼ਵੈਲਟ ਤਾਂ ਚੌਥੀ ਵਾਰ ਬਣਿਆ ਸੀ ਕਿਉਂਕਿ ਉਦੋਂ ਤੱਕ ਕੋਈ ਕਨਸਟੀਟਿਊਸ਼ਨ 'ਚ ਇਸ ਕਿਸਮ ਦੇ ਐਮੈਂਡਮੈਂਟ ਨਹੀਂ ਸੀ ਬਿਲਕੁਲ ਉਹਦੇ 'ਚ ਵੀ ਫਿਰ ਇਹ ਸਾਹਮਣੇ ਆਇਆ ਕਿ ਭਾਈ ਇੱਕ ਟਰਮ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਆਪਣੀ ਕਾਰਗੁਜ਼ਾਰੀ ਦਿਖਾਉਂਦਾ ਹੈ ਤੇ ਦੂਸਰੀ ਤਾਂ ਕੋ ਤਾਈ ਪਹੁੰਚਦਾ ਸੀ ਜੇ ਉਹਦੀ ਪਹਿਲੇ ਦੀ ਕਾਰਗੁਜ਼ਾਰੀ ਇਹਨੇ ਤਾਂ ਡਿਫੀਟ ਹੋ ਜਾਂਦਾ ਸੀ ਜਿਵੇਂ ਜਿਮੀ ਕਾਰਟਰ ਡੈਮੋਕ੍ਰੇਟਾਂ ਦਾ ਹਲਾ ਬੜਾ ਨੋਬਲ ਜਿਹਾ ਬੰਦਾ ਲੇਕਿਨ ਉਹ ਇਰਾਨੀਅਨ ਜਿਹੜਾ ਉਹ ਹੌਸਟੇਜ ਕ੍ਰਾਈਸਿਸ ਹੋਇਆ ਔਰ ਉਹਦੇ ਚ ਉਹਨਾਂ ਨੂੰ ਨਹੀਂ ਛਡਾ ਸਕਿਆ ਰਾਦਰ ਐਕਸਪੋਜ਼ ਹੋਇਆ ਉਹਨੂੰ ਦੂਸਰੀ ਟਰਮ ਵੇਲੇ ਹਾਰ ਗਿਆ ਜਿਮੀ ਕਾਰਟਰ ਇਸੇ ਤਰ੍ਹਾਂ ਸੀਨੀਅਰ ਬੁਸ਼ ਜਨੇ ਇਰਾਕ ਵਾਰ 90 99 ਵਾਲੀ ਕੀਤੀ ਹਾਲਾਂ ਸੈਕੰਡ ਵਰਲਡ ਵਾਰ ਵੇਲੇ ਦਾ ਪਾਇਲਟ ਸੀ ਦੂਸਰਾ ਬੜਾ ਕਾਮਯਾਬ ਸੀਆਈਏ ਦਾ ਡਾਇਰੈਕਟਰ ਵੀ ਰਿਹਾ ਲੇਕਿਨ ਇਕਨੋਮੀ ਜੀ ਉਹ ਉਹਦੇ ਜਿਹੜੇ 90ਆਂ ਦੇ ਵਿੱਚ ਜਦੋਂ ਉਹਦੀ ਪਹਿਲੀ ਟਰਮ ਵੇਲੇ ਜਿਹੜਾ ਇਹਦਾ ਇਕਨੋਮੀ ਦਾ ਗ੍ਰਾਫ ਤੁਰਦਾ ਉਹ ਥੱਲੇ ਡਿੱਗੀ ਹੋਈ ਸੀ ਦੂਜੀ ਟਰਮ 'ਚ ਉਹ ਡੀਫੀਟ ਹੋਇਆ ਔਰ ਅਸੀਂ ਦੇਖਦੇ ਹਾਂ ਇਸੇ ਤਰ੍ਹਾਂ ਓਬਾਮਾ ਨੇ ਦੋ ਟਰਮਸ ਕੰਪਲੀਟ ਕੀਤੀਆਂ ਜੂਨੀਅਰ ਬੁਸ਼ ਨੇ ਦੋ ਟਰਮਸ ਕੰਪਲੀਟ ਕੀਤੇ ਹਨ ਔਰ ਟਰੰਪ ਦੀ ਗੱਲ ਕਰਦੇ ਹਾਂ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਕੱਲ ਮੈਂ ਇਹ ਡਿਸਕਸ ਵੀ ਕਰ ਰਿਹਾ ਸੀ ਕਿ ਜਿਹੜੇ ਸਰਵੇ ਮੁਤਾਬਕ ਕਿਹੜੇ ਇਸ਼ੂ ਨੇ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਵੋਟਰਾਂ ਦੇ ਮਾਈਂਡ ਤੇ ਹਾਵੀ ਨੇ ਤੇ ਮੈਨੂੰ ਕੱਲ ਇੱਕ ਥੋੜਾ ਜਿਹਾ ਖੁੜਕਿਆ ਜ਼ਰੂਰ ਇਸ ਗੱਲ ਦਾ ਕਿ ਵੀ ਟਰੰਪ ਦੁਬਾਰਾ ਵੀ ਲਿਜਾ ਸਕਦਾ ਹੈ ਕਿਉਂਕਿ ਜਦੋਂ ਅਸੀਂ ਇਹ ਡਿਸਕਸ ਕੀਤਾ ਹੈ ਕਿਉਂਕਿ ਮੈਨੂੰ ਲੱਗਦਾ ਸੀ ਕਿ ਕੋਵਿਡ-19 ਜਿੱਥੇ 22 ਲੱਖ ਅਮਰੀਕਨ ਮਰ ਗਏ ਆਲਮੋਸਟ ਉਸ ਦੇ ਨਾਲ ਇਹ ਪ੍ਰਾਈਮ ਇਸ਼ੂ ਹੋਇਆਗਾ ਬਿਲਕੁਲ ਪਰ 32% ਲੋਕਾਂ ਦਾ ਜਿਹੜਾ ਸੀ ਇਸ਼ੂ ਉਹ ਇਕਨੋਮੀ ਸੀ ਬਿਲਕੁਲ ਔਰ ਇਸੇ ਤਰ੍ਹਾਂ ਦੂਸਰਾ ਇਸ਼ੂ ਜਿਹੜਾ ਫਿਰ ਰੈਸ਼ਲ ਰਿਲੇਸ਼ਨਸ਼ਿਪ ਐਂਡ ਆਲ ਕੋਵਿਡ ਤੀਸਰੇ ਤੇ ਸੀ ਹੁਣ ਜੇ 32% ਅਮਰੀਕਨ ਇਕਨੋਮੀ ਦੇ ਮਾਮਲੇ 'ਚ ਸੋਚਦੇ ਸੀ ਔਰ ਜਿਵੇਂ ਅਸੀਂ ਕੱਲ ਕਿਹਾ ਸੀ ਕਿ ਜੇ ਫੈਬਰੂਰੀ ਦੇ ਵਿੱਚ ਕੋਵਿਡ-19 ਨਾ ਹੁੰਦੀ ਤਾਂ ਜਿਹੜੀ ਹੈ ਰੋਰਿੰਗ ਇਕਨੋਮੀ ਸੀ ਅਮਰੀਕਾ ਦੀ 트럼ਪ ਨੂੰ ਕੋਈ ਨਹੀਂ ਸੀ ਰੋਕ ਸਕਦਾ ਦੂਸਰੀ ਟਰਮ ਤੋਂ ਲੇਕਿਨ 32% ਹੁਣ ਵੀ ਉਹਨਾਂ ਦੇ ਦਿਮਾਗ 'ਚ ਹੈ ਮੈਂ ਕਿਹਾ ਵੀ ਇਹ ਅਮਰੀਕਨ ਇਹ ਸਮਝਦੇ ਨੇ ਕਿ ਵੀ ਜੇ ਵਾਪਸ ਇਕਨੋਮੀਕਲੀ ਅਮਰੀਕਾ ਨੂੰ ਪੈਰਾਂ ਤੇ ਖੜਾ ਕਰ ਸਕਦਾ ਹੈ ਤੇ ਉਹ ਟਰੰਪ ਹੀ ਕਰ ਸਕਦਾ ਹੈ ਕਿਉਂਕਿ ਟੈਕਸਿਸ ਦਾ ਮਾਮਲਾ ਵੀ ਆਉਂਦਾ ਹੈ ਵੈਲਫੇਅਰ ਸਟੇਟ ਵਾਲੀ ਕਨਸੈਪਟ ਨਹੀਂ ਹੈ ਔਰ ਜ਼ਾਹਰ ਹੈ ਖੁਦ ਬਿਜ਼ਨਸਮੈਨ ਹੈ ਔਰ ਜਿਹੜੀ ਵਾਲ ਸਟਰੀਟ ਹੈ ਉਹ ਵੀ ਸਟੇਬਲ ਹੈ ਔਰ ਕੱਲ ਮੇਰਾ ਮੱਥਾ ਠੜਕਿਆ ਮੈਂ ਕਿਹਾ ਵੀ ਜੇ 32% ਨਹੀਂ ਤੇ ਇਹ ਜਿਹੜਾ ਟਰੰਪ ਵੀ ਲਿਜਾ ਸਕਦਾ ਹੈ ਔਰ ਜਦੋਂ ਤਾਂ ਕੱਸੀ ਕੱਲ ਦੇਖਿਆ ਔਰ ਇੱਕ ਅੱਧੀ ਫਲਿੱਪ ਜਿਹੜੀ ਬਾਈਡਨ ਤੋਂ ਹੋਈ ਜਿਹੜੀ ਮੇਨ ਥਰਡ ਡਿਬੇਟ ਦੇ ਵੇਲੇ ਜਦੋਂ ਕਲਾਈਮੇਟ ਚੇਂਜ ਦੇ ਉੱਤੇ ਉਹ ਗੱਲ ਕਰ ਰਿਹਾ ਸੀ ਔਇਲ ਦਾ ਜ਼ਿਕਰ ਆਇਆ ਕਿ ਭਈ ਉਹ ਕੀ ਕਰੇਗਾ ਸੋ ਮੈਨੂੰ ਇਹ ਲੱਗਿਆ ਜਿਉਂ ਹੀ ਉਹ ਡਿਬੇਟ ਖਤਮ ਹੋਈ ਕਿ ਭਈ ਜਿਹੜੀਆਂ ohio ਔਰ pennsylvania ਵਰਗੀਆਂ ਸਟੇਟਾਂ ਨੇ ਜਿੱਥੇ ਵੱਡੀ ਗਿਣਤੀ ਚ ਲੋਕ oil industry ਨਾਲ ਜੁੜੇ ਹੋਏ ਨੇ ਉਹ ਇਹਨੇ ਲੂਜ਼ ਕਰ ਜਾਣੀਆਂ ਨੇ ਕਿਉਂਕਿ ਹਾਰਾ ਬਾਅਦ ਡੈਮੋਕ੍ਰੇਟਾ ਨੇ ਉਹਨੂੰ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਅਮਰੀਕਾ ਨਾਲ ਦੇ ਲਈ ਵਾਪਸ ਪਟੜੀ ਤੇ ਚੜਨਾ ਹੈ ਇਕਨੋਮੀ ਦਾ এমਪਲੋਇਮੈਂਟ ਇੱਕ ਵੱਡਾ ਇਸ਼ੂ ਸੀ ਅੱਛਾ ਔਰ ਸੈਕੰਡਲੀ ਜਦੋਂ ਅਸੀਂ ਦੇਖਦੇ ਆ ਕਿ ਬੀ ਬਲੈਕ ਲਾਈਵਜ਼ ਮੈਟਰ ਦੀ ਮੂਵਮੈਂਟ ਸ਼ੁਰੂ ਹੋਈ ਜਿਹਦੇ ਅਸੀਂ ਵੀ ਹਮਾਇਤੀ ਸੀ ਜਾਂ ਅੱਛਾ ਕਿ ਭਾਈ ਰੈਸਿਜ਼ਮ ਨਹੀਂ ਹੋਣਾ ਚਾਹੀਦਾ ਪਰ ਉਹਦੇ ਚ ਇੱਕ ਇਸ ਐਕਸਟ੍ਰੀਮ ਤੱਕ ਗੱਲ ਚਲੀ ਗਈ ਕਿ ਭਾਈ ਜਿਹੜੇ ਪ੍ਰੋਟੈਸਟ ਨੇ ਪ੍ਰੋਟੈਸਟਰ ਤਾਂ ਆ ਰਹੇ ਨੇ ਕਿ ਭਾਈ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਪੁਲਿਸ ਦੀ ਐਜੂਕੇਸ਼ਨ ਹੋਏ ਪਰ ਉਹਨਾਂ ਜੀ ਤਬਕਾ ਲੁੱਟਾਂ ਦੇ ਨਾਲ ਵੀ ਜੁੜ ਪਿਆ ਔਰ ਇੱਥੇ ਮੈਨਹੈਟਨ ਚ ਵੀ ਕੀ ਹੋਇਆ ਦੂਸਰੀਆਂ ਥਾਵਾਂ ਤੇ ਕੀ ਹੋਇਆ ਉਸ ਸਾਰੇ ਦਾ ਨਤੀਜਾ ਸੀ ਕਿ ਵੀ ਕਿਤੇ ਨਾ ਕਿਤੇ ਇੱਕ ਅਮਰੀਕਨ ਤਬਕਿਆਂ ਨੂੰ ਜਿਹੜਾ ਕਿ ਸੇਫਟੀ ਐਂਡ ਸਕਿਉਰਿਟੀ ਮੰਗਦਾ ਉਹਨੂੰ ਲੱਗਾ ਕਿ ਵੀ ਕਿਉਂ ਔਰ 트럼ਪ ਔਰ ਰਿਪਬਲਿਕਨ ਖੁੱਲਕੇ ਪੁਲਸਵਾੜਿਆਂ ਦੇ ਹੱਕ 'ਚ ਆ ਗਏ ਲਾ ਐਨਫੋਰਸਮੈਂਟ ਇਹ ਉਹ ਸਿਆਟਲ ਜੀ ਵੀ ਜੋ ਹੋਇਆ ਉਸ ਦੇ ਥੱਲੇ ਸੋ ਇਹ ਮੈਂ ਇਸ ਲਈ ਸਾਰਾ ਇਹ ਦਿੱਤਾ ਹੈ ਕਿ ਵੀ ਗੱਲ ਕੱਲੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੀ ਅਸੀਂ ਨਹੀਂ ਕਰ ਰਹੇ ਜਿਹਦੇ 'ਚ ਤਾਂ ਇਸ ਵੇਲੇ ਅਸੀਂ ਦੇਖ ਰਹੇ ਹਾਂ ਔਰ ਡਿਸਕਸ ਵੀ ਕਰਾਂਗੇ ਕਿ ਕੌਣ ਕਿੱਥੇ ਖੜਾ ਹੈ ਔਰ ਕਿਹੜੀਆਂ ਸਟੇਟਾਂ ਜਿਹੜੀਆਂ ਐਜ਼ ਅ ਸਵਿੰਗ ਸਟੇਟਸ ਸੀ ਉਹਨਾਂ ਦੇ ਵਿੱਚ ਕੀ ਪੋਜੀਸ਼ਨ ਹੈ ਲੇਕਨ ਮੈਂ ਇਹ ਦੱਸ ਰਹੇ ਹਾਂ ਕਿ ਵੀ ਡੈਮੋਕ੍ਰੇਟਸ ਨੇ ਉਵੇਂ ਇਹ ਹੀ ਨਹੀਂ ਵੀ ਬਾਈਡਨ ਦਾ ਸੀ ਕਿ ਜੀ 10 ਪੁਆਇੰਟ ਲੀਡ ਚੱਲ ਰਹੀ ਹੈ ਉਹ ਤਾਂ ਜਿੱਥੇ ਜਿੱਤਿਆ ਵੀ ਆ ਇੱਕ ਇੱਕ 2-2% ਦਾ ਫਰਕ ਹੈ ਲੇਕਨ ਹੋਰ ਬਹੁਤ ਸਾਰਾ ਕੁਝ ਡੈਮੋਕ੍ਰੇਟਾਂ ਨੇ ਲੂਜ਼ ਕੀਤਾ ਜਿਵੇਂ ਕਾਂਗਰਸ ਯੂਐਸ ਕਾਂਗਰਸ ਦੇ ਵਿੱਚ ਇਹ ਸੀ ਕਿ ਡੈਮੋਕ੍ਰੇਟ ਇੰਪਰੂਵ ਕਰਨਗੇ ਅੱਗੇ ਨਾਲੋਂ ਅੱਠ ਦਾ ਸੀਟਾ ਹੋਰ ਲੈ ਜਾਣਗੇ ਉਹ ਤਾਂ ਅੱਠ ਦਾ ਸੋਨਾਂ ਨੇ ਜਿਹੜੀਆਂ ਸੀ ਉਹ ਵੀ ਗਵਾਈਆਂ ਨੇ ਹਾਲਾਂ ਮੈਜੋਰਟੀ ਰਹੇਗੀ ਉਹਨਾਂ ਦੀ ਇਸੇ ਤਰ੍ਹਾਂ ਸੈਨੇਟ ਦੇ ਵਿੱਚ ਸੈਨੇਟ ਦੇ ਵਿੱਚ ਇਹ ਸੀ ਕਿ ਵੀ ਚਾਰ ਸੀਟਾਂ ਇਹ ਹੋਰ ਜੇ ਗ੍ਰੈਬ ਕਰ ਲੈਣ ਤਾਂ ਉਹਨਾਂ ਦੀ ਸੈਨੇਟਸ ਮੈਜੋਰਟੀ ਹੋ ਜਾਏਗੀ ਸੋ ਸਿਰਫ ਇੱਕ ਸੀਟ ਕੋਲੋਰਾਡੋ ਦੀ ਉਹਨਾਂ ਨੇ ਕੱਢੀ ਹੈ ਸੈਨੇਟ ਦੇ ਵਿੱਚ ਲੇਕਨ ਦੂਸਰੀਆਂ ਜਿਹੜੀਆਂ ਉਹ ਰਿਪਬਲਿਕਨਸ ਨੇ ਰੀਟੇਨ ਕੀਤੀਆਂ ਸੋ ਜੇ ਜੋ ਬਾਈਡਨ ਵੀ ਜਿਹੜਾ ਹੈ ਪ੍ਰੈਜ਼ੀਡੈਂਟ ਬਣਦਾ ਹੈ ਵਾਈਟ ਹਾਊਸ ਦੇ ਵਿੱਚ ਸੈਨੇਟ ਦੇ ਵਿੱਚ ਰਿਪਬਲਿਕਨਸ ਦੀ ਮੈਜੋਰਟੀ ਰਹੇਗੀ ਕਾਂਗਰਸ ਦੇ ਵਿੱਚ ਡੈਮੋਕ੍ਰੇਟਸ ਦੀ ਮੈਜੋਰਟੀ ਰਹੇਗੀ ਲੇਕਿਨ ਥਿਨ ਮੈਜੋਰਟੀ ਹੋਏਗੀ ਔਰ ਇਸੇ ਤਰ੍ਹਾਂ ਈਵਨ ਨਿਊਯਾਰਕ ਵਰਗੇ ਸ਼ਹਿਰ ਚ ਕੋਈ ਕਲੈਂਡਰ ਦੀ ਟਰੰਪ ਦੀ ਪਰਫਾਰਮੈਂਸ ਮਾੜੀ ਨਹੀਂ ਹੈ ਉਹਨਾਂ ਨੇ ਇਧਰੋਂ ਸਟੇਟਨ ਆਈਲੈਂਡ ਦੇ ਵਿੱਚ ਜਿਹੜਾ ਇੱਕ ਸਿਟਿੰਗ ਡੈਮੋਕ੍ਰੇਟਸ ਸੀ ਕਾਂਗਰਸਮੈਨ ਉਹਨੂੰ ਅਨਸੀਟ ਕੀਤਾ ਹੈ ਰਿਪਬਲਿਕਨ ਲੇਡੀ ਨੇ ਸੋ ਮਤਲਬ ਇਹ ਹੈ ਕਿ ਇਹ ਜਿਹੜੇ ਦੋ ਇਸ਼ੂ ਕਿਉਂਕਿ ਨਿਊਯਾਰਕਸ ਵੀ ਪੁਲਿਸ ਦੇ ਹਵਾਲੇ ਨਾਲ ਬਲੈਕ ਲਾਈਵਜ਼ ਮੈਟਰ ਦੇ ਵੇਲੇ ਵਾਇਲੈਂਸ ਦਾ ਇਸ਼ੂ ਸੀ ਸੋ ਅਮਰੀਕਨ ਐਵਰੇਜ ਅਮਰੀਕਨ ਉਹਦੀ ਨੀਤੀ ਇਹ ਹੈ ਕਿ ਵੀ ਫੂਡ ਟੇਬਲ ਤੇ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਜੇਬ ਦਾ ਫਿਕਰ ਕਰੋ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦਾ ਹੈ ਕਿ ਪ੍ਰਿੰਸੀਪਲਸ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹ ਜੇ ਤੁਸੀਂ ਉਸ ਵੈਲਿਊਸ ਨੂੰ ਦੇਖੋ ਤਾਂ ਸਭ ਹਰ ਚੀਜ਼ ਦਾ ਜਲੂਸ ਕੱਢਿਆ ਪਰ ਕਿਉਂਕਿ ਇਕਨੋਮੀ ਦੇ ਮਾਮਲੇ 'ਚ 4 ਸਾਲ ਦੇ ਪੀਰੀਅਡ 'ਚ ਇਕਨੋਮੀ ਵੀ ਬੂਸਟਿੰਗ ਸੀ ਇਹ ਕੋਵਿਡ-19 ਆਇਆ ਵੀ ਭਾਵੇਂ ਸਾਰਿਆਂ ਦੀ ਕੋਆਪਰੇਸ਼ਨ ਨਾਲ 3 ਟ੍ਰਿਲੀਅਨ ਡਾਲਰ ਦਾ ਪੈਕੇਜ ਵੀ ਆਇਆ ਹੈ। ਹਰ ਇੱਕ ਨੂੰ 12-1200 ਡਾਲਰ ਜਿਹੜਾ ਹੈ ਉਹ ਘਰ ਬੈਠੇ ਆ ਮਿਲਿਆ। ਔਰ ਈਵਨ ਫਰਦਰ ਵੀ ਨੇਗੋਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂ ਸੈਕੰਡ ਵੇਲੇ ਡੈਮੋਕ੍ਰੇਟ ਜ਼ਿਆਦਾ ਦੇਣਾ ਚਾਹੁੰਦੇ ਸੀ ਇਹ ਘੱਟ ਦੇ ਸੀ। ਲੇਕਿਨ ਇਹਦੇ ਚ ਹੈ ਕਿ ਜੇ ਇਹ ਪੈਕੇਜ ਨਾ ਹੁੰਦਾ 6 ਮਹੀਨੇ ਚ ਫਿਰ ਦੇਖਦੇ ਵੀ ਕਿਵੇਂ ਹੁੰਦਾ ਸੋ ਇਹ ਸਾਰੇ ਫੈਕਟਰਸ ਨੇ ਮੈਟਰ ਕੀਤਾ ਔਰ ਇਹ ਮੈਨੂੰ ਸਮਝ ਨਹੀਂ ਆ ਗੱਲ ਇਹ ਨਹੀਂ ਹੈ ਵੀ 트럼ਪ ਬਣੇਗਾ ਜਾਂ ਬਾਈਡਨ ਬਣੇਗਾ ਪਰ ਇਸ ਸਾਰੇ ਨੇ ਅਮਰੀਕਾ ਦੀਆਂ ਵੈਲਿਊਜ਼ ਨੂੰ ਰੀਡਿਫਾਈਨ ਵੀ ਕੀਤਾ ਹੈ ਅੱਛਾ ਸੋਸਾਇਟੀ ਵਰਟੀਕਲੀ ਡਿਵਾਈਡ ਵੀ ਹੈ ਇਸ ਵੇਲੇ ਪੂਰੇ ਦੋ ਐਜ ਦੇ ਉੱਤੇ ਲੋਕ ਖੜੇ ਨੇ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਇਸ ਰੁਖ ਨਾਲ ਮੈਂ ਅੱਜ ਹੀ ਸੋਚ ਰਿਹਾ ਸੀ ਮੈਂ ਕਿ ਵੀ ਦੁਨੀਆ ਦੇਖ ਰਹੀ ਹੈ ਪ੍ਰੈਜ਼ੀਡੈਂਟ 트럼ਪ ਛੱਡੇਗਾ ਨਹੀਂ ਛੱਡੇਗਾ ਮੰਨੇਗਾ ਨਹੀਂ ਮੰਨੇਗਾ ਆਲਰੇਡੀ ਜਿਹੜੀਆਂ ਸਟੇਟਾਂ ਨੂੰ ਪਤਾ ਹੈ ਕਿ ਵੀ ਉਹ ਲੂਸ ਕਰ ਮਿਸ਼ੀਗਨ ਦੇ ਵਿੱਚ ਔਰ ਪੈਂਸਿਲਵੇਨੀਆ ਚ ਉਹਨਾਂ ਦੀਆਂ ਸੈਂਕੜੇਆਂ ਵਕੀਲਾਂ ਦੀਆਂ ਟੀਮਾਂ ਟਰੰਪ ਜਿਹੜੀਆਂ ਨੇ ਉਹਦੀਆਂ ਉਹ ਲੈਂਡ ਕੀਤੀਆਂ ਔਰ ਆਲਰੇਡੀ ਉਹਨਾਂ ਨੇ ਕੋਰਟ ਚ ਕਰ ਦਿੱਤਾ ਹੈ ਕਿ ਵੀ ਫਿਰ ਸਟਾਪ ਕੀਤਾ ਜਾਏ ਮਿਸ਼ੀਗਨ ਚ ਤਾਂ ਉਹਨਾਂ ਦੇ ਬੰਦੇ ਵੀ ਪਹੁੰਚ ਗਏ ਰਿਪਬਲਿਕਨ ਕੇ ਭਾਈ ਇਹਨੂੰ ਗਿਣਤੀ ਬੰਦ ਕਰੋ ਜਿਹੜੀ ਹੁਣ ਇਹ ਵੀ ਇੱਕ ਜਲੂਸ ਹੈ ਕਿ ਵੀ ਅ 10 ਕਰੋੜ ਲੋਕ ਜਿਹੜੇ ਨੇ ਉਹ ਬਾਈ ਮੇਲ ਵੋਟ ਕਰਦੇ ਨੇ ਉਹਨਾਂ ਦੇ ਵਿੱਚ ਫੌਜੀ ਵੀ ਨੇ ਲੱਖਾਂ ਜਿਹੜੇ ਕੋਈ ਕੋਰੀਆ ਚ ਬੈਠਾ ਕੋਈ ਜਾਪਾਨ ਚ ਬੈਠੇ ਨੇ ਪਲੱਸ ਵਿਦਨ ਅਮਰੀਕਾ ਵੀ ਕੋਵਿਡ-19 ਕਰਕੇ ਹੁਣ ਜੇ 16 ਕਰੋੜ ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਨੇ 3 ਨਵੰਬਰ ਨੂੰ ਵੋਟ ਕੀਤਾ ਉਹ ਕਾਊਂਟ ਹੋ ਗਏ ਹੁਣ ਤੁਸੀਂ ਕਹੋ ਜੀ 10 ਕਰੋੜ ਇਹ ਫਰਾਡ ਹੈ ਇਹ ਫਰਾਡ ਹੋ ਗਏ ਸੋ ਇਹ ਸਾਰਾ ਵੀ ਕਿਸੇ ਜ਼ਮਾਨੇ 'ਚ ਇਹ ਹੁੰਦਾ ਸੀ ਕਿ ਜਦੋਂ ਕਿਸੇ ਮੁਲਕ ਦੀ ਦੁਨੀਆ ਦੇ ਵਿੱਚ ਟੈਸਟ ਹੁੰਦਾ ਸੀ ਵੀ ਉੱਥੇ ਜਮਹੂਰੀਅਤ ਹੈ ਕਿ ਨਹੀਂ ਤੇ ਅਮਰੀਕਨ ਕਾਂਗਰਸ ਵੱਲੋਂ ਜਾਂ ਅਮਰੀਕਾ ਵੱਲੋਂ ਆਬਜ਼ਰਵਰ ਭੇਜੇ ਜਾਂਦੇ ਸੀ ਕਿ ਵੀ ਉੱਥੇ ਜਾ ਕੇ ਦੇਖੋ ਵੀ ਇਲੈਕਸ਼ਨ ਫੇਅਰ ਹੋ ਰਹੀ ਹੈ ਕਿ ਨਹੀਂ ਉਹ ਫਿਰ ਰਿਪੋਰਟ ਕਰਦੇ ਸੀ ਕਿ ਜੀ ਇਲੈਕਸ਼ਨ ਫੇਅਰ ਹੈ ਨਹੀਂ ਹੈ ਰਿਗਡ ਹੈ ਆਬਜ਼ਰਵਰਸ ਦੀ ਗੱਲ ਯੂਰਪੀਅਨ ਬਾਡੀਜ਼ ਵੀ ਭੇਜਦੀਆਂ ਸੋ ਮੈਂ ਕਹਾਂ ਵੀ ਹੁਣ ਸਿਚੁਏਸ਼ਨ ਇਹ ਆ ਗਈ ਕਿ ਵੀ ਅਮਰੀਕਾ ਵਰਗੇ ਮੋਲਕ ਚ ਵੀ ਦੁਨੀਆ ਦੇਖ ਰਹੀ ਹੈ ਵੀ ਫੇਅਰ ਹੈ ਕਿ ਨਹੀਂ ਉਹਨਾਂ ਦਾ ਪ੍ਰੈਜ਼ੀਡੈਂਟ ਖਲੋ ਕੇ ਕਹਿ ਰਿਹਾ ਸਵੇਰ ਦੇ 2:30 ਵਜੇ ਵੋਟ ਫਰਾਡ ਹੋ ਗਿਆ ਹੈ ਔਰ ਮੈਂ ਤਾਂ ਜਿੱਤ ਗਿਆ ਹੁਣ ਇਹ ਜਿਹੜਾ ਪਾਲਟ ਹੈ ਜਦੋਂ ਅਸੀਂ ਦੇਖਦੇ ਆ ਵੀ ਇਹਨਾਂ ਚੋਣਾਂ ਨੇ ਬਾਕੀ ਬਹੁਤਾ ਫਰਕ ਨਹੀਂ ਪੈਂਦਾ ਜੇ ਤੁਸੀਂ ਕੁੱਲ ਮਿਲਾ ਕੇ ਜਦੋਂ ਨੈਸ਼ਨਲ ਇੰਟਰਸਟ ਹੁੰਦੇ ਨੇ ਡੈਮੋਕ੍ਰੇਟ ਹੋਣ ਰਿਪਬਲਿਕਨ ਹੋਣ ਉਹ ਆਪਣੀ ਨੈਸ਼ਨਲ ਇੰਟਰਸਟ ਨੂੰ ਦੇਖਦੇ ਨੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਦੋ ਤਿੰਨ ਨੇ ਓਬਾਮਾ ਕੇਅਰ ਨਹੀਂ ਉਡੇਗੀ ਇਮੀਗ੍ਰੇਸ਼ਨ ਚ ਮਾੜੀ ਮੋਟੀ ਰਿਆਇਤ ਮਿਲ ਜਾਏਗੀ ਕੋਈ ਹੋਰ ਇੰਟਰਨੈਸ਼ਨਲੀ ਬਾਈਡਨ ਸਮਝੌਤਾ ਕੋਨੇ 40-45 ਸਾਲ ਦਾ ਪੋਲੀਟੀਕਲ ਐਕਸਪੀਰੀਅੰਸ ਹੈ ਉਹਦਾ ਉਹ ਥੋੜੇ ਬਹੁਤ ਜਿਹੜਾ ਅਮਰੀਕਾ ਆਈਸੋਲੇਟ ਹੋਇਆ ਉਹਨੂੰ ਵਾਪਸ ਬਾਕੀ ਅਮਰੀਕਨ ਇੰਟਰਸਟ ਨੂੰ ਤਾਂ ਉਹ ਹਾਰਿਕ ਦੇ ਲਈ ਪਹਿਲੇ ਨੇ ਅੱਛਾ ਲੇਕਿਨ ਇਸ ਸਭ ਚੋਂ ਜਿਵੇਂ ਅਸੀਂ ਆਪਣੇ ਟਾਈਟਲ ਦੇ ਵਿੱਚ ਹੀ ਕਿਹਾ ਕਿ ਇਕਤਾ ਅਨਸਰਟਨਟੀ ਕੀ ਹੋਏਗਾ ਕੀ ਹੋਏਗਾ ਫੀਅਰ ਹੁਣ ਜੇ 트੍ਰੰਪ ਗਿਵ ਅਪ ਨਹੀਂ ਕਰਦਾ ਸੇ ਉਹ ਲੂਜ਼ਰ ਹੈ اور ਜਿਵੇਂ ਉਹ ਸਾਰੇ ਚੋਂ ਕੀ ਹੋਏਗਾ ਜਦੋਂ 트럼ਪ ਆਪਣੇ سپورਟਰਸ ਨੂੰ ਕਾਲ ਕਰਦਾ ਹੈ ਕਿ ਭਾਈ ਨਿਕਲੋ ਬਾਹਰ ਉਹ ਗੰਜ਼ ਲੈ ਕੇ ਨਿਕਲਦੇ ਨੇ ਜ਼ਹਰ ਹੈ ਮਲੇਸ਼ੀਆ ਦੂਜੇ ਤੀਜੇ ਵਾਈਟ ਸੁਪ੍ਰੀਮਿਸਸ ਸਾਰੇ ਗਰੁੱਪ ਇਸ ਪਾਸੇ ਤੁਰੇ ਹੋਏ ਨੇ ਉਸ ਹਾਲਤ ਚ ਕੀ ਹੋਏਗਾ ਲੇਕਿਨ ਆਲਰੇਡੀ ਇਸ ਸਾਰੀ ਪ੍ਰੋਸੈਸ ਚ ਅਮਰੀਕਨ ਪ੍ਰੈਜ਼ੀਡੈਂਸੀ ਜਾਂ ਅਮਰੀਕਨ ਇਲੈਕਟਰਲ ਸਿਸਟਮ ਜਾਂ ਅਮਰੀਕਨ ਇਲੈਕਸ਼ਨ ਸਿਸਟਮ ਡਿਸਗ੍ਰੇਸ ਹੋਇਆ ਜਿਹੜਾ ਜੇ ਮੈਨੂੰ ਕੋਈ ਪੁੱਛੇ ਕੋਈ ਮੈਂ ਜਿਵੇਂ ਕਿਹਾ ਵੀ ਬਹੁਤਾ ਫਰਕ ਨਹੀਂ ਪੈਂਦਾ ਇਹ ਕੌਣ ਬਣਦਾ ਹੈ ਉਹ ਥੋੜਾ ਬਹੁਤ ਹੀ ਹੁੰਦਾ ਹੈ ਇਹ ਵੀ ਇੱਕ ਇਹਨਾਂ ਦਾ ਜਿਹਨੂੰ ਕਹ ਲਓ ਕਿ ਐਂਟਰਟੇਨਮੈਂਟ ਹੀ ਹੁੰਦਾ ਹੈ ਹੋਰ ਅਦਰਵਾਈਜ਼ ਉੱਥੇ ਹੀ ਰਹਿੰਦਾ ਐਡਮਿਨਿਸਟ੍ਰੇਸ਼ਨ ਵੀ ਉਹ ਇਹਨਾਂ ਦੀ ਟੀਮ ਜਾਏਗੀ ਉਹਨਾਂ ਦੀ ਆ ਜਾਏਗੀ ਲੇਕਿਨ ਪ੍ਰਾਈਮ ਉਹਨਾਂ ਦਾ ਜਿਵੇਂ ਪੈਂਟਾਗਨ ਹੈ ਡੀਪ ਸਟੇਟ ਹੈ ਸੀਆਈਏ ਹੈ ਨੈਸ਼ਨਲ ਇੰਟਰਸਟ ਨੇ ਪੋਲਿਟੀਕਲ ਪ੍ਰੋਸੈਸ ਹੈ ਉਹ ਉਵੇਂ ਹੀ ਰਹਿੰਦੀ ਹੈ ਲੇਕਿਨ ਇਸ ਸਾਰੇ ਚੋਂ ਜਿੱਥੇ ਇੱਕ डिस्ग्रेस ਹੋਇਆ ਸਾਰੀ ਇੰਸਟੀਟਿਊਸ਼ਨ ਸਵਾਲੀਆ ਨਿਸ਼ਾਨ ਪ੍ਰੈਜ਼ੀਡੈਂਟ ਖੁਦ ਲਾ ਰਿਹਾ ਹੈ ਕਹਿ ਕੇ ਕਿ ਵੋਟ ਫਰਾਡ ਹਾਲਾਂ ਕੋਈ ਉਹਦੇ ਸਬੂਤ ਨਹੀਂ ਨੇ ਬਿਲਕੁਲ ਔਰ ਇਹ ਮੈਂ ਸਮਝਦਾ ਹਾਂ ਵੀ ਇਸ ਦਾ ਲੌਂਗ ਟਰਮ ਡੈਮੇਜ ਅਮਰੀਕਨ ਇਮੇਜ ਨੂੰ ਵੀ ਹੋਇਆ ਬਿਲਕੁਲ ਰੈਡੀਕਿਊਲ ਤੱਕ ਵੀ ਗੱਲ ਫਿਰ ਜੋਕਸ ਚਾਰਜ ਫੇਰੇ ਚੱਲਣਗੇ ਆਉਣ ਵਾਲੇ ਪੀਰੀਅਡ ਜੀ ਭਾਰਤ ਵਰਗਾ ਕਰਪਟ ਮੁਲਕ ਜਿੱਥੇ ਹਰ ਚੀਜ਼ ਖਰੀਦੀ ਜਾਂਦੀ ਹੈ ਵੋਟਾਂ ਖਰੀਦੀਆਂ ਜਾਂਦੀਆਂ ਕਈ ਵਾਰੀ ਉਹਨਾਂ ਨੂੰ ਇਸ ਲਈ ਪੈਸੇ ਦਿੱਤੇ ਜਾਂਦੇ ਨੇ ਇਸ ਲਈ ਨਹੀਂ ਕਿ ਵੋਟ ਸਾਨੂੰ ਪਾਉਣਗੇ ਜਾਂ ਵੋਟ ਨਾ ਪਾਓ ਉਹਨਾਂ ਨੂੰ ਸੀ ਕਿ ਪੈਸੇ ਲੈ ਕੇ ਵੀ ਇਹਨਾਂ ਨੇ ਸਾਨੂੰ ਨਹੀਂ ਪਾਣੀ ਉਹਨਾਂ ਨੂੰ ਉੱਥੇ ਹੀ ਡੱਕ ਦਿੰਦੇ ਨੇ ਵੀ ਉਹ ਵੋਟ ਨਾ ਦੇਣ ਦੇ ਪੈਸੇ ਖਾਸ ਤੌਰ ਤੇ ਜਿਹੜੇ ਗਰੀਬਾਂ ਦੇ ਅਦਾਲਤ ਜਾਂ ਦੂਜੇ ਆਦੀਵਾਸੀਆਂ ਦੇ ਹਲਕੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਵੀ ਇਹਨਾਂ ਨੇ ਫਲਾਣੀ ਪਾਰ ਉਹਨਾਂ ਨੇ ਕਿਹਾ ਵੀ ਪੈਸੇ ਲੈ ਕੇ ਵੀ ਅੰਦਰ ਜਾ ਕੇ ਮੋਹਰੇ ਨੇ ਉੱਥੇ ਹੀ ਲੈਣੇ ਕਹਿੰਦਾ ਤੁਸੀਂ ਆਣਾ ਹੀ ਨਹੀਂ ਬਸ ਇਹਨੂੰ ਤੁਹਾਨੂੰ ਕਿ ਵੀ ਉਹ ਉਸ ਹਿਸਾਬ ਨਾਲ ਆਪਣਾ ਦੇ ਹੁਣ ਉਹ ਵੀ ਉਹਨਾਂ ਦੇ ਪੱਤਰਕਾਰ ਔਰ ਮੈਂ ਦੇਖ ਰਿਹਾ ਸੀ ਚੈਨਲ ਉਹ ਉਛਲ-ਮੁਛਲ ਕੇ ਕਹਿ ਰਹੇ ਨੇ ਕਿ ਭਾਰਤ ਦਾ ਸਿਸਟਮ ਔਰ ਭਾਰਤ ਦਾ ਫਲਾਨਾ ਉਹ ਮੈਂ ਕਿਹਾ ਕਿਆ ਪਿੱਦੀ ਕਿਆ ਪਿੱਦੀ ਦਾ ਸ਼ੋਰ ਬਾ ਅਮਰੀਕਨ ਪਾਵੇਂ ਇਹ ਥੋੜਾ ਜਿਹਾ ਸਾਰੇ ਚੋਂ ਝਟਕਾ ਲੱਗਾ ਹੈ ਬਟ ਅਮਰੀਕਨਸ ਵਿਲ ਕਮ ਬੈਕ ਸਿਸਟਮ ਬਿਲਕੁਲ ਨੋ ਡਾਊਟ ਸਿਸਟਮ ਇਨਕ ਸਟਰੋਂਗ ਹੈ ਸਾਊਂਡ ਹੈ ਕਿ ਜਿਹਦੇ ਚ ਉਹ ਸਾਰੀਆਂ ਜਦੋਂ ਔਰ ਇਹ ਨਹੀਂ ਹੈ ਕਿ ਵੀ ਪਹਿਲੀ ਵਾਰ ਇਹ ਹੋਇਆ ਵੀ ਅਨਡਿਸਾਈਡਿੰਗ ਹੈ ਬਹੁਤ ਲੋਕਾਂ ਦੀ ਕਈ ਵਾਰੀ ਮੈਮਰੀ ਵੀ ਘੱਟ ਹੁੰਦੀ ਹੈ ਆਲ ਗੌਰ ਅੱਛਾ 2000 ਚ ਜੂਨੀਅਰ ਬੁਸ਼ ਦੇ ਵੇਲੇ ਉਹਨੇ ਕਿਉਂਕਿ ਪਪੂਲਰ ਵੋਟਸ ਜ਼ਿਆਦਾ ਸੀ ਉਹਦੀ ਔਰ ਉਹਨੇ ਇਨੀਸ਼ੀਅਲੀ ਜਾ ਕੇ ਦਸੰਬਰ ਚ ਮੰਨਿਆ ਸੀ ਉਹ ਕਿ ਵੀ ਠੀਕ ਹੈ ਅਦਰਵਾਇਜ਼ डिस्प्यूटेड ਸੀ ਪਰ ਇਹ ਨਹੀਂ ਹੈ ਵੀ ਉਹਨੇ ਇਹ ਨਹੀਂ ਸੀ ਕਿਹਾ ਕਿ ਵੀ ਇਹ ਫਰਾਡ ਹੈ ਜਾਂ ਦੂਜਾ ਹੈ ਹਾਂਜੀ ਰੀਕਾਉਂਟਿੰਗ ਦੀ ਗੱਲ ਸੀਗੀ ਔਰ ਉਹਨੇ ਡਿਸਪਿਊਟ ਕੀਤਾ ਇਸ ਕਿਉਂਕਿ ਬੜਾ ਪਪੂਲਰ ਵੋਟ ਉਹਦੇ ਕੋਲ ਜ਼ਿਆਦਾ ਸੀ ਹੁਣ ਹਿਲਰੀ ਕਲਿੰਟਨ ਭਾਵੇਂ 10 ਮਿਲੀਅਨ ਵੋਟ ਉਹਦੇ ਕੋਲ ਜ਼ਿਆਦਾ ਸੀ ਲੇਕਿਨ ਉਹਨੇ ਕੋਈ ਡਾ ਗਰੰਬਲ ਨਹੀਂ ਕੀਤਾ ਹਾਲਾਂ ਹੁਣ ਵੀ ਅਸੀਂ ਹੋਪ ਕਰਦੇ ਹਾਂ ਕਿ ਵੀ ਪ੍ਰੈਜ਼ੀਡੈਂਟ 트ਰੰਪ ਅਲਟੀਮੇਟਲੀ ਜੇ ਇਸ ਕੇ ਜੇਤਾ ਕੋ ਫਾਈਨਲੀ ਕੋਈ ਹੋਰ ਗਲਿਸ਼ਮਾ ਹੋ ਜਾਂਦਾ ਹੈ ਔਰ ਜਿਵੇਂ ਮੈਂ ਕਲੋਜ਼ਿੰਗ ਤੋਂ ਪਹਿਲਾਂ ਦੱਸਦੇ ਆਂ ਜੀ ਕਿ ਜਿਹੜੀ ਲੇਟੈਸਟ ਟੈਲੀ ਮੈਂ ਇਸ ਲਈ ਉਹਨੂੰ ਪ੍ਰੋਲੋਂਗ ਵੀ ਕੀਤਾ ਹੈ ਕਿ ਬਈ ਹੋ ਸਕਦਾ ਹੈ ਜੋ ਤੱਕ ਅਸੀਂ ਗੱਲ ਕਰੀ ਹੈ ਹੋਰ ਵੀ ਆ ਜਾਏ ਡੀਟੇਲ ਜੀ ਕਿਉਂਕਿ ਜਿਹੜਾ ਵਿਨਿੰਗ ਮਾਰਕ ਹੈ ਇਲੈਕਟਰਲ ਵੋਟਸ ਹਰ ਸਟੇਟ ਦੀਆਂ ਆਪੋ ਆਪਣੀਆਂ ਹੁੰਦੀਆਂ ਨੇ ਬਿਲਕੁਲ ਔਰ ਇਸ ਵੇੜੇ ਜਿਹਨੂੰ ਵੀ 270 ਇਲੈਕਟਰਲ ਵੋਟਸ ਕਾਲ ਤੁਸੀਂ ਅਗਰ ਕੀਤਾ ਸੀ ਕਿ ਬਈ ਇਹ ਪਪੂਲਰ ਵੋਟ ਔਰ ਇਲੈਕਟਰਲ ਵੋਟਸ ਦੇ ਵਿੱਚ ਕੀ ਫਰਕ ਹੁੰਦਾ ਹੈ ਉਹ ਜੇਤੂ ਹੁੰਦਾ ਔਰ ਜਿਹੜੀ ਲੇਟੈਸਟ ਪ੍ਰੋਜੈਕਸ਼ਨ ਵੀ ਹੈ ਕਿਉਂਕਿ ਅਜੇ ਤੱਕ ਕੁਝ ਥਾਵਾਂ ਤੇ ਵੋਟਾਂ ਦੀ ਗਿਣਤੀ ਜਾਰੀ ਹੈ ਹੈ ਜੀ 90% ਕਾਊਂਟ ਹੋ ਗਈਆਂ 95% ਸੋ ਫਿਰ ਜਿਹੜਾ ਮੀਡੀਆ ਉਹ ਪ੍ਰੋਜੈਕਟ ਵੀ ਕਰਦਾ ਜਿਵੇਂ ਐਸੋਸੀਏਟਿਡ ਪ੍ਰੈਸ ਵੀ ਕਰ ਰਿਹਾ ਹੈ ਦੂਸਰਾ ਵੀ ਕਰ ਰਿਹਾ ਹੈ ਸੋ ਇਸ ਵੇਲੇ ਜੋ ਬਾਈਡਨ ਦੇ ਕੋਲ 264 ਇਲੈਕਟਰਲ ਵੋਟਸ ਨੇ ਯਾਨੀ ਉਹਨੂੰ ਸਿਰਫ 6 ਵੋਟਾਂ ਚਾਹੀਦੀਆਂ ਹੈ ਪ੍ਰੈਜ਼ੀਡੈਂਟ ਬਣਨ ਦੇ ਲਈ ਔਰ ਡੋਨਲਡ 트੍ਰੰਪ ਜਿਹੜੇ ਨੇ 214 ਦੇ ਨਾਲ ਲੈਗ ਬੀਹਾਈਂਡ ਕਰ ਰਹੇ ਨੇ ਔਰ ਜਿਹੜੀਆਂ ਸਵਿੰਗ ਸਟੇਟਸ ਹੁਣ ਜ਼ਾਹਰ ਹੈ ਦੋ ਤਰ੍ਹਾਂ ਦੀਆਂ ਇੱਕ ਤਾਂ ਬਲੂ ਸਟੇਟਸ ਨੇ ਜਿਹੜੇ ਟ੍ਰੈਡੀਸ਼ਨਲੀ ਡੈਮੋਕ੍ਰੇਟ ਹੁੰਦੇ ਨੇ ਕੈਲੀਫੋਰਨੀਆ ਨਿਊਯਾਰਕ ਵਾਸ਼ਿੰਗਟਨ ਸਟੇਟ ਹੈ ਸੋ ਇਹ ਇਸੇ ਤਰ੍ਹਾਂ ਜਿਹੜੀਆਂ ਰੈੱਡ ਸਟੇਟਸ ਨੇ ਰਿਪਬਲਿਕਨਸ ਦਾ ਜਿਵੇਂ ਉਹ ਸਾਰਾ ਆਰਕੈਂਸਾਸ ਤੋਂ ਸ਼ੁਰੂ ਹੋ ਕੇ ਸਾਰਾ ਸਾਊਥ ਉਦੇ ਚ ਆ ਜਾਂਦਾ ਹੈ ਅੱਛਾ ਹੁਣ ਕੁਝ ਜਿਹੜੀਆਂ ਸਵਿੰਗ ਸਟੇਟ ਸੀ ਉਹਨਾਂ ਚੋਂ ਕੁਝ 트럼ਪ ਦੇ ਖਾਤੇ ਚ ਪਈਆਂ ਉਹ ਕੱਲ ਇਲੈਕਸ਼ਨ ਡੇ ਦੇ ਮੌਕੇ ਉਹਹਾਇਓ ਸਵਿੰਗ ਸਟੇਟ ਸੀ ਔਰ ਇਸ ਵਾਰ ਉਹਹਾਇਓ ਜਿਹੜੀ ਹੈ ਉਹ 트럼ਪ ਨੂੰ ਫਲੋਰੀਡਾ ਜਿਸ ਦੇ ਉੱਤੇ ਇਹ ਸੀ ਕਿ ਜੀ ਹਿਸਪੈਨਿਕ ਵੋਟਰ ਉੱਥੇ ਜ਼ਿਆਦਾ ਨੇ ਕਿਊਬਨ ਨੇ ਔਰ ਟ੍ਰੈਡੀਸ਼ਨਲੀ ਹਿਸਪੈਨਿਕ ਡੈਮੋਕ੍ਰੇਟ ਹੁੰਦੇ ਨੇ ਡੈਮੋਕ੍ਰੇਟਾਂ ਨੂੰ ਵੀ ਇਹ ਲੈਸਨ ਮਿਲ ਗਿਆ ਕਿ ਮਾਈਨੋਰਟੀ ਹੋਣ ਤੇ ਮਤਲਬ ਇਹ ਨਹੀਂ ਆ ਵੀ ਵੋਟ ਤੁਹਾਨੂੰ ਹੀ ਮਿਲੇਗੀ ਅੱਛਾ ਕਿਉਂਕਿ ਇਸ ਗੱਲ ਦਾ ਧਿਆਨ ਰਹਿ ਕਿ ਅਮਰੀਕਾ ਚ 70% ਦੀ ਭਾਵੇਂ ਗੋਰੇ ਨੇ ਪਰ ਗੋਰਿਆਂ ਤੋਂ ਬਾਅਦ ਜਿਹੜੀ ਨੈਕਸਟ ਮਾਈਨੋਰਟੀ ਆ ਕਾਲੇ ਨਹੀਂ ਨੇ ਜੀ ਉਹ ਹਿਸਪੈਨਿਕ ਨੇ ਜਾਂ ਲਾਤੀਨੋ ਨੇ ਔਰ ਕਾਲੇ ਉਸ ਤੋਂ ਬਾਅਦ ਚਲੇ ਜਾਂਦੇ ਨੇ ਔਰ ਇਹਨਾਂ ਨੇ ਜਿਹੜਾ ਸਾਰਾ ਫੋਕਸ ਵੀ ਜਦੋਂ ਬਲੈਕ ਲਾਈਵਸ ਮੈਟਰ ਜਾਂ ਓਬਾਮਾ ਜਾਂ ਦੂਜਾ ਉਹ ਕਾਲਿਆ ਵੋਟਰਾਂ ਦੇ ਉੱਤੇ ਰਿਹਾ ਜਾਂ ਬਾਈਡਨ اور 트럼ਪ ਇੰਡੀਅਨਸ ਨੂੰ ਲੁਭਾਉਣ ਦੇ ਉੱਤੇ ਰਹੇ ਨੇ ਮੈਨੂੰ ਇਹ ਲੱਗਦਾ ਵੀ ਲਾਤੀਨੋ ਜਿਹਨਾਂ ਦੇ ਲਈ ਜਿਹੜੇ ਬਹੁਤ ਸਾਰੇ ਕਿਊਬਨ origin ਦੇ ਨੇ ਉਹਨਾਂ ਤੱਕ ਬਹੁਤੀ ਪਹੁੰਚ ਵੀ ਨਹੀਂ ਹੋਈ ਔਰ ਉਹਨਾਂ ਨੇ ਸਮਝਿਆ ਵੀ ਇਸ ਵਾਰ ਅਸੀਂ ਫਲੋਰੀਡਾ ਲੈ ਜਾਾਂਗੇ ਸੋ 2016 ਚ ਵੀ ਫਲੋਰੀਡਾ ਜਿਹੜਾ ਉਹ 트럼ਪ ਨੇ ਜਿੱਤਿਆ ਸੀ ohio ਵੀ ਔਰ ਉਹ ਇਤਕੀ ਵੀ ਹੋਇਆ ਔਰ ਇਸ ਤੋਂ ਇਲਾਵਾ ਜਿਹੜੀਆਂ swing states ਦੇ ਵਿੱਚ ਇਸ ਵੇਲੇ ਜਿਹਨੂੰ ਉੱਥੋਂ ਵਾਲੇ ਜ਼ੁਬਾਨ ਚ ਕਹਿੰਦੇ ਨੇ ਕਾਂਟੇ ਕੀ ਟੱਕਰ ਜਿਹੜੇ ਕਾਂਟੇ ਕੀ ਟੱਕਰ ਹੈ ਜੀ ਤੇ ਔਰ ਇੱਥੇ ਜਿਹੜਾ ਨੈਕ ਐਂਡ ਨੈਕ ਅਮਰੀਕਾ ਚ ਕਿਹਾ ਜਾਂਦਾ ਇਸ ਵੇਲੇ ਜਿਹੜੀ ਜਾਰਜੀਆ ਸਟੇਟ ਹੈ ਉਸ ਦੇ ਵਿੱਚ ਜਿਹੜਾ 트럼ਪ ਹੈ ਉਹ 49.8% ਵੋਟਾਂ ਤੇ ਹੈ ਔਰ ਜਿਹੜੀਆਂ ਬਾਈਡਨ ਹੈ ਉਹ 48.9% ਸੋ ਆਲਮੋਸਟ ਲੈਸ ਥੈਨ 1% ਔਰ ਇਸ ਦੇ ਚ ਇਹ ਰਿਪੋਰਟ ਕਰਦੇ ਨੇ ਬਾਈਡਨ ਕੇ ਕੇ ਵੀ ਜਿਹੜੀਆਂ ਮੇਲ ਬੈਲਟਸ ਨੇ ਉਹਨਾਂ ਚ ਉਹਨਾਂ ਦੀ ਹੋ ਸਕਦਾ ਨਿਵਾਡਾ ਜੀ ਉਹ ਕਹਿੰਦੇ ਨਿਵਾਡਾ ਜਿਹੜੀਆਂ ਉਹਦੀਆਂ 6 ਇਲੈਕਟਰਲ ਵੋਟਸ ਨੇ ਔਰ 트럼ਪ ਨੂੰ ਜਿਹੜਾ ਬਾਈਡਨ ਨੂੰ ਜਿੱਤਣ ਦੇ ਲਈ ਸਿਰਫ 6 ਹੀ ਚਾਹੀਦੀਆਂ ਜੇ ਨਿਵਾਡਾ ਲੈ ਜਾਂਦਾ ਔਰ ਨਿਵਾਡਾ 'ਚ ਇਸ ਵੇਲੇ ਜਿਹੜਾ 49.3% ਲੀਡ ਹੈ ਬਾਈਡਨ ਦੀ ਜਦੋਂ ਕਿ 트럼ਪ 48.7% ਹੈ ਸੋ ਇਹ ਵੀ ਲੈਸ ਥੈਨ ਜਿਹੜਾ 0.7% ਦੀ ਹੈ ਔਰ ਇਹ ਡੈਮੋਕ੍ਰੇਟਸ ਹੋਪ ਕਰਦੇ ਨੇ ਕਿ ਨਿਵਾਡਾ ਅਸੀਂ ਕੈਰੀ ਕਰਾਂਗੇ ਨਾਰਥ ਕੈਰੋਲਾਈਨਾ ਚ ਕਨਵਿੰਸਿੰਗਲੀ ਟਰੰਪ ਅੱਗੇ ਜਾ ਚੁੱਕੇ ਨੇ 50.1% ਡੈਮੋਕ੍ਰੇਟ 48.7% ਤੇ ਹੈ ਬਾਈਡਨ ਦਾ ਪੈਂਸਿਲਵੇਨੀਆ ਜਿਹਦੇ ਚ ਕੱਲ ਜਦੋਂ ਟਰੰਪ ਆਪਣੀ ਵਿਕਟਰੀ ਸਪੀਚ ਦੇ ਰਹੇ ਸੀ ਵਿਕਟਰੀ ਸਪੀਚ ਮੈਂ ਕਹਾਂਗਾ ਮੈਂ ਤਾਂ ਆਈ ਵਾਸ ਅਪਾਇੰਟਲ 3 a.m. ਔਰ ਮੈਂ ਦੇਖ ਰਿਹਾ ਹੈ ਕਿ ਪਹਿਲਾਂ ਬਾਈਡਨ ਨੇ ਕੀਤਾ ਔਰ 트াম্প ਨੇ ਔਰ ਨਾਲ ਮਾਈਕ ਪੈਂਸੀ 트াম্প ਦੀ ਵਾਈਫ ਫਰਸਟ ਲੇਡੀ ਸੀ ਮੈਲਾਨੀਆ ਔਰ ਉਹਨਾਂ ਨੇ ਔਰ ਉਹਦੇ ਚ ਉਹਨੇ ਪੈਂਸਿਲਵੇਨੀਆ ਖਾਸ ਤੌਰ ਤੇ ਉਹਨੇ ਕਿਹਾ ਸੀ 7 ਲੱਖ ਵੋਟਾਂ ਨਾਲ ਜਿੱਤ ਗਏ ਹੁਣ ਕੋਈ ਨਹੀਂ ਹਾਲਾਂਕਿ ਹੁਣ ਜਿਹੜੀਆਂ ਫਿਗਰਸ ਨੇ ਕਿ ਜਦੋਂ ਮੇਲ ਬੈਲਟਸ ਕਾਊਂਟ ਹੋਣੀਆਂ ਸ਼ੁਰੂ ਹੋਈਆਂ ਕਿਉਂਕਿ ਜਿਹੜਾ ਫਿਲਡੈਲਫੀਆ ਦਾ ਏਰੀਆ ਸਾਰਾ ਸੀ ਉਹਨਾਂ ਨੇ ਬਾਈ ਮੇਲ ਵੋਟ ਕੀਤੀ ਸੀ ਜੋ ਪੈਨਸਿਲਵੇਨੀਆ ਚ ਅਜੇ ਟਰੰਪ ਲੀਡ ਕਰ ਰਹੇ ਨੇ 51.1% ਵੋਟਾਂ ਦੇ ਨਾਲ ਲੇਕਿਨ ਜਿਹੜੀ 47.8% ਤੇ ਬਾਈਡਨ ਹੈ ਔਰ ਮੈਨੂੰ ਲੱਗਦਾ ਹੈ ਵੀ ਸ਼ਾਇਦ ਪੈਨਸਿਲਵੇਨੀਆ ਇਹ ਨਾ ਕੱਢ ਸਕੇ ਬਾਈਡਨ ਪਰ ਹੁਣ ਜੇ ਨਿਵਾਡਾ ਲੈ ਜਾਂਦੇ ਨੇ ਤਾਂ ਪੈਨਸਿਲਵੇਨੀਆ ਦੀ ਲੋੜ ਨਹੀਂ ਰਹਿੰਦੀ ਜਿਹੜੀਆਂ ਸਵਿੰਗ ਸਟੇਟਸ ਚੋਂ ਦੋ ਸਟੇਟਾਂ ਜਿੱਤੀਆਂ ਨੇ ਬਾਈਡਨ ਨੇ ਜਿਹੜੀਆਂ 2016 ਚ ਹਿਲਰੀ ਨੇ ਲੂਜ਼ ਕੀਤੀਆਂ ਸੀ ਉਹਨਾਂ ਚ ਇੱਕ ਅਰੀਜ਼ੋਨਾ ਔਰ ਮਿਸ਼ੀਗਨ ਬਿਲਕੁਲ ਔਰ ਅਰੀਜ਼ੋਨਾ ਦਾ ਜਦੋਂ ਮੈਂ ਦੇਖਿਆ ਕਿ ਬਈ ਉਹ ਜਾ ਰਿਹਾ ਹੈ ਦੀ ਫੇਵਰ ਚ ਮੈਂ ਕਿਹਾ ਵੀ ਇਹਨੂੰ ਟਰੰਪ ਨੂੰ ਜੌਨ ਮਕੇਨ ਦੀ ਹਾਈ ਲੈਬਟ ਨਹੀਂ ਦਾ ਅਰੀਜ਼ੋਨਾ ਬਹੁਤ ਜ਼ਿਆਦਾ ਰਿਪਬਲਿਕਨ ਹੈ ਉਹਦੇ ਚ ਜਦੋਂ ਪਹਿਲਾ 911 ਤੋਂ ਬਾਅਦ ਪਹਿਲੇ ਸਿੱਖ ਦਾ ਮਰਡਰ ਹੋਇਆ ਹੀਟ ਕ੍ਰਾਈਮ ਚ ਉਹ ਫੀਨਿਕਸ ਦੇ ਮੈਸਾ ਫੀਨਿਕਸ ਦੇ ਨੇੜੇ ਔਰ ਮੈਨੂੰ ਜਾਣ ਦਾ ਵੀ ਮੌਕਾ ਬਣਿਆ ਔਰ ਮੈਂ ਚੰਗੀ ਤਰ੍ਹਾਂ ਵਾਕਫ ਹਾਂ ਕਿ ਅਰੀਜ਼ੋਨਾ ਰਿਪਬਲਿਕਨ ਹੈ ਔਰ ਇਹਦੇ ਵਿੱਚ ਜான் ਮਕੇਨ ਜਿਹੜਾ ਪ੍ਰिजनਰ ਆਫ ਵਾਰ ਸੀ ਵਿਟਨਾਮ ਵਾਰ ਵੇੜੇ ਰਿਪਬਲिकन ਪਾਰਟੀ ਦੀ ਉਹ ਪ੍ਰਾਈਮਰੀ ਦੇ ਵਿੱਚ ਵੀ ਲੜਿਆ ਤੇ 트럼ਪ ਨੇ ਉਹਨੂੰ ਡਿਸਹਨਰ ਕੀਤਾ ਉਹਨੇ ਕਿਹਾ ਜਿਕੇ ਇਹ ਜਿਹੜੇ ਪ੍ਰिजनਰ ਬਣ ਜਾਂਦੇ ਨੇ ਇਹ ਤਾਂ ਕੋਵਿਡ ਨੇ ਜਿਹੜੇ ਉੱਥੇ ਪ੍ਰिजनਰ ਆਫ ਵਾਰ ਬਣੇ ਹਾਲਾਂ ਉਹਦੀ ਇਕ ਲੱਤ ਜਿਹੜੀ ਆ ਕੱਟੀ ਗਈ ਸੀ ਔਰ ਉਹਦੀ ਡੈਥ ਹੋ ਗਈ ਉਹਦੀ ਜான் ਮਕੇਨ ਦੀ ਕੈਂਸਰ ਨਾਲ ਪਰ ਮਰਨ ਤੋਂ ਪਹਿਲੇ ਜਦੋਂ ਕਿ ਇਹਦੀ 트럼ਪ ਦੇ ਪਹਿਲੇ ਟਰਮ 'ਚ ਹੀ ਉਹ ਉਹਦੀ ਡੈਥ ਹੋਈ ਉਨੇ ਆਪਣੇ ਟੱਬਰ ਨੂੰ ਕਿਹਾ ਸੀ ਵੀ ਇਹ ਮੇਰੀ ਡੈੱਡ ਬੋਡੀ ਦੇ ਨੇੜੇ ਨਹੀਂ ਆਣਾ ਚਾਹੀਦਾ ਉਹਨੂੰ ਪਤਾ ਸੀ ਕਿ ਵੀ ਮੈਂ ਜਾ ਰਿਹਾ ਇਹ ਨੇ ਐਜ਼ ਅ ਪ੍ਰੈਜ਼ੀਡੈਂਟ ਆ ਕੇ ਕਰਨਾ ਔਰ ਉਹ ਟੱਬਰ ਨੇ ਵੀ ਕਿਹਾ ਨਾ ਉਹਦੀ ਵਿਸ਼ ਸੀ ਤੂੰ ਨਹੀਂ ਆਣਾ ਸੋ ਮੈਂ ਕਿਹਾ ਵੀ ਜਿਹੜਾ ਅਰੀਜ਼ੋਨਾ ਲੂਜ਼ ਕੀਤਾ ਹੈ ਇਹ ਜੌਨ ਮਕੇਨ ਦੀ ਆ ਵੀ ਲੈ ਬੈਠੀ ਔਰ ਉਹ ਨਫ਼ਰਤ ਲੋਕਾਂ ਚ ਵੀ ਹੋਏਗੀ ਕਿ ਭਾਈ ਇਹ ਕਿਸ ਕਿਸਮ ਦਾ ਬੰਦਾ ਹੈ ਇਹਨੇ ਕੀਤਾ ਔਰ ਮਿਸ਼ੀਗਨ ਮਿਸ਼ੀਗਨ ਜਿਹੜਾ ਪਿਛਲੀ ਵਾਰ ਲੂਜ਼ ਕੀਤਾ ਸੀ ਹਿਲਰੀ ਨੇ ਔਰ ਫਲੋਰੀਡਾ ਜਿਵੇਂ ਮੈਂ ਕਿਹਾ ਵੀ 트럼ਪ ਨੇ 51.2% ਦੇ ਨਾਲ ਜਿੱਤਿਆ ਔਰ ਮਿਸ਼ੀਗਨ ਦੇ ਵਿੱਚ 50.3% ਵੋਟਾਂ ਲਈਆਂ ਨੇ ਬਾਈਡਨ ਨੇ ਔਰ 트럼ਪ ਦੀਆਂ 48.1% ਸੋ ਜਦੋਂ ਜਿਹੜੀ ਤਾਂ 1% ਲੀਡ ਹੁੰਦੀ ਹੈ ਉਹਦੇ ਵਿੱਚ ਕਈ ਵਾਰੀ ਰੀਕਾਊਂਟਿੰਗ ਆਫ ਵੋਟਸ ਦੇ ਵਿੱਚ ਰਿਜ਼ਲਟ ਬਦਲ ਸਕਦੇ ਨੇ ਜਾਂ ਜੇ ਵੋਟਾਂ ਜੇ ਮੇਲ ਬੈਲਟਸ ਕਾਊਂਟਿੰਗ ਹੋਣ ਲੇਕਿਨ ਮਿਸ਼ੀਗਨ ਕਨਵਿੰਸਿੰਗਲੀ ਹੋਣ ਬਾਈਡਨ ਦਾ ਕੋਲ ਹੈ ਅਰੀਜ਼ੋਨਾ ਵੀ ਬਾਈਡਨ ਕੋਲ ਹੈ ਔਰ ਇਸੇ ਤਰ੍ਹਾਂ ਨਿਊ ਹੈਮਪਸ਼ਾਇਰ ਵੀ ਇਹਨੇ ਬਾਈਡਨ ਨੇ ਕੱਢੀ ਹੈ ਔਰ ਵਿਸਕੋਂਸਨ ਜਿਹੜੀ ਜਿਹੜੀਆਂ ਸਵਿੰਗ ਸਟੇਟਾਂ ਦੇ ਵਿੱਚ ਨਿਵਾੜਾ ਤੋਂ ਬਾਅਦ ਇੱਕ ਦੀ ਹੋਪ ਹੈ ਕਿ ਉਹ ਬਾਈਡਨ ਲੈ ਸਕਦਾ ਹੈ ਵਿਸਕੋਂਸਨ ਵਿਸਕੋਂਸਨ ਦੇ ਵਿੱਚ ਕਾਂਟੇ ਦੀ ਟੱਕਰ 49.6% ਜਿਹੜੀਆਂ ਵੋਟਾਂ ਨੇ ਬਾਈਡਨ ਨੂੰ ਮਿਲੀਆਂ ਔਰ 48.9% ਜਿਹੜੀਆਂ ਨੇ ਉਹ 트럼ਪ ਦੀਆਂ ਨੇ ਸੋ 0.7% ਹੈ ਇਹ ਲੀਡ ਕਵਰ ਵੀ ਹੋ ਸਕਦੀ ਹੈ ਪਰ ਕਿਉਂਕਿ ਬਹੁਤ ਸਾਰੇ ਜਿਹੜੀਆਂ ਪ੍ਰੈਡਿਕਸ਼ਨਸ ਨੇ ਇਹ ਇਹਨਾਂ ਸਵਿੰਗ ਸਟੇਟਸ ਚ ਜਿਵੇਂ ਵਿਸਕੋਂਸਨ ਜਨਵਾਡਾ ਇਹ ਉਧਰ ਨੂੰ ਚੁਕਾਇਆ ਜਾ ਰਿਹਾ ਸੋ ਮੈਂ ਇਹ ਕਹਾਂ ਵੀ ਨਾ ਦੋਨਾਂ ਚੋਂ ਵਿਸਕੋਂਸਨ ਜਾਂ ਜਨਵਾਡਾ ਚੋਂ ਜੇ 21 ਜਿਹੜੀ ਹੈ ਉਹ ਸਟੇਟ ਕੈਰੀ ਕਰ ਲੈਂਦਾ ਬਾਈਡਨ ਤੇ ਬਾਈਡਨ ਵਿਨ ਕਰ ਜਾਂਦਾ ਸੋ ਹੁਣ ਇਸ ਸਾਰੇ ਚੋਂ ਅਸੀਂ ਇਹੀ ਕਨਕਲੂਡ ਕਰਦੇ ਕਿ ਵੀ ਅ ਜੋ ਵੀ ਹੋਏ ਉਹਦੇ ਚ ਪੀਸਫੁਲੀ ਟਰਾਂਜੀਸ਼ਨ ਹੋਏ ਔਰ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਤੁਸੀਂ ਅਰਦਾਸ ਕਰਦੇ ਕਿ ਅ ਸਭ ਕੁਝ ਜਿਹੜਾ ਅਮਾਨ ਅਮਾਨ ਨਾਲ ਨੇ ਬੜ ਜਾਏ ਜੀ ਔਰ ਪ੍ਰੈਜ਼ੀਡੈਂਟ ਟਰੰਪ ਵੀ ਮੇਰਾ ਖਿਆਲ ਹੈ ਵੀ ਟਰੰਪ ਟਾਵਰ ਵੀ ਹੈ ਔਰ ਮੋਦੀ ਵੀ ਦੋਸਤ ਹੈ ਜੀ ਟਰੰਪ ਦਾ ਜੇ ਉਹ ਚਾਹੇ ਤਾਂ ਉਹਨੂੰ ਬੰਬਈ ਦੇ ਵਿੱਚ ਵੀ ਟ੍ਰੰਪ ਟਾਵਰ ਬਣਿਆ ਹੋਇਆ ਹੈ ਅਹਮਦਾਬਾਦ ਚ ਵੀ ਥਾਂ ਦਿੱਤੀ ਹੋਈ ਹੈ ਵਪਾਰ ਜਿਹੜਾ ਹੈ ਉਹ ਹਾਂ ਜੇ ਟ੍ਰੰਪ ਦਾ ਜ਼ਰੂਰ ਅਫਸੋਸਤਾ ਹੋਏਗਾ ਕਿ ਜਦੋਂ ਤੁਸੀਂ ਕੋਈ ਚੀਜ਼ ਖੋ ਕੇ ਲਈ ਹੋਏ ਤਾਂ ਫਿਰ ਛੋਟ ਛੱਡਣ ਨੂੰ ਤਾਂ ਨਹੀਂ ਜੀ ਕਰਦਾ ਬਟ ਲੈਟ ਵੀ ਹੋਪ ਕਿ ਫਾਈਨਲੀ ਅਮਰੀਕਨ ਪੀਪਲ ਵਿਲ ਵਿਨ ਅਮਰੀਕਾ ਸ਼ੁੱਡ ਵਿਨ ਔਰ ਦੁਨੀਆ ਦੇ ਵਿੱਚ ਕਿਉਂਕਿ ਜੇ ਅਮਰੀਕਾ ਸਟੇਬਲ ਹੁੰਦਾ ਇਹਦੀ ਪੋਲੀਟੀਕਲ ਪਾਰਟ ਤੇ ਫਿਰ ਦੁਨੀਆ ਦੇ ਵਿੱਚ ਵੀ ਅਸੀਂ ਅਮਨ ਆਮਾਨ ਦੀ ਜਿਹੜੀ ਹੈ ਉਹ ਆਸ ਕਰ ਸਕਦੇ ਆ ਜੀ ਰਾਰਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਆਸ ਕਰਦੇ ਹਾਂ ਪਸੰਦ ਆਏ ਹੋਣਗੇ ਸਾਡੇ ਦਰਸ਼ਕਾਂ ਨੂੰ ਸੌਥੇ ਲੈਨੇ ਆ ਬ੍ਰੇਕ ਤੇ ਪਹਿਲਾਂ ਅਸੀਂ ਪੰਡਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀਵਰਸ ਵੀਵਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ بلند ਕਰ ਰਿਹਾ ਹੈ ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਵਿਸ਼ਵਾਸ ਸਦਕਾ ਡੋਨੇਸ਼ਨ ਸਦਕਾੜੀਆ ਬਲੰਦ ਹੋ ਰਹੀ ਹੈ ਐਸਓ ਟੀਵੀ 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ ਟੀਵੀ 84 ਗੁਰੂ ਨਾਨਕ ਸਾਹਿਬ ਦੇ ਜਿਹੜੇ ਸਾਂਝੀ ਵਾਲਤਾ ਦੇ ਫਲਸਫੇ ਨੂੰ ساری ਦੁਨੀਆ ਵਿੱਚ ਪ੍ਰਸਾਰ ਤੇ ਪ੍ਰਚਾਰਿਆ ਹੈ ਔਰ ਟੀਵੀ 84 ਨੂੰ ਚਲਾਉਣ ਵਾਲੀ ਮਦਰ ਔਰਗਨਾਈਜੇਸ਼ਨ ਗਲੋਬਲ ਸਿੱਖ ਅਫੇਅਰਜ਼ ਮੀਡੀਆ ਇੰਕ ਇੱਕ ਨੋਟ ਫਾਰ ਪ੍ਰੋਫਿਟ ਐਂਡ ਟੈਕਸ ਐਗਜ਼ੈਮਡ ਔਰਗਨਾਈਜੇਸ਼ਨ ਹੈ ਇਸ ਨੂੰ ਦਿੱਤੀ ਗਈ ਹਰ ਇੱਕ ਪੈਣੀ ਜਿਹੜੀ ਹੈਗੀ ਐ ਟੈਕਸ ਡਿਡੈਕਟੇਬਲ ਹੈ ਸੋ ਡੋਨੇਸ਼ਨ ਕਰ ਲਈ ਵੀਅਰਸ ਤੁਸੀਂ ਟੀਵੀ 84 ਦੀ ਐਪ ਤੇ ਜਾ ਕੇ ਫਿਰ ਟੀਵੀ 84 .tv ਤੇ ਜਾ ਕੇ ਡੋਨੇਟ ਤੇ ਜਿਹੜੇ ਬਟਨ ਨੂੰ ਫੋਲੋ ਕਰੋ ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈ ਆਟੋ ਪੇਅਰ ਆਈ ਮੰਥਲੀ ਜਾਂ ਫਿਰ ਵਨ ਸ਼ਾਰਟ ਵੀ ਜਿਹੜੇ ਆ ਤੁਸੀਂ ਕਰ ਸਕਦੇ ਹੋ ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ ਚਾ ਲਈ ਹਰ ਕਿਸਮ ਦਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਪੀਪਲ ਦੀ ਵਰਤੋਂ ਵੀ ਕਰ ਸਕਦੇ ਹੋ ਸੋ ਟੀਵੀ 84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਵੀ ਸਾਨੂੰ ਲਿਖ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਸਾਨੂੰ ਫੋਨ ਰਾਈ ਵੀ ਟੈਕਸ ਜਿਹੜਾ ਸਾਡਾ ਵਟਸਐਪ ਟੈਕਸ ਤੇ ਵੀ ਤੁਸੀਂ ਆਪਣਾ ਜਿਹੜਾ ਡੋਨੇਟ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਸਾਨੂੰ ਸਾਡੇ ਇਸ ਨੰਬਰ ਤੇ 5166191984 ਜਾਂ ਫਿਰ ਤੁਸੀਂ ਈਮੇਲ ਵੀ ਕਰ ਸਕਦੇ ਹੋ ਸਾਨੂੰ ਇਸ ਪਤੇ ਤੇ support@tv84.tv ਸੋ ਅਸੀਂ ਤੁਹਾਡੇ ਤੇ ਦਿਲ ਤੋਂ ਤੁਹਾਨੂੰ ਮਾਦੀ ਹੋਵਾਂਗੇ ਸੋ ਇੱਥੇ ਲੈਨੇ ਆ ਬ੍ਰੇਕ ਫਿਓਰ ਚਤੁਰਸਨਾ ਇਸੇ ਤਰ੍ਹਾਂ ਹੀ ਬਨੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ